ਸਿੱਖ ਕੌਮ ਸਿੱਖ ਕੌਮ ਲੜਦੀ ਬਹੁਤ ਬਹਾਦਰੀ ਨਾਲ ਹੈ ਕੁਰਬਾਨੀਆਂ ਹੀ ਬੇਅੰਤ ਕਰਦੀ ਹੈ ਪਰ ਗੱਲਬਾਤ ਕਰਨ ਵਿੱਚ ਇੱਕ ਅਗਵਾ ਲੈਂਦੀ ਹੈ ਤੇ ਹਾਰ ਜਾਂਦੀ ਹੈ ਸਿੱਖ ਕੌਮ ਕੋਲ ਗੱਲਬਾਤ ਕਰਨ ਵਾਲੇ ਬੰਦੇ ਨਹੀਂ ਹਨ ਗੱਲਬਾਤ ਦਾ ਤਰਕ ਨਹੀਂ ਹੈ ਗੱਲਬਾਤ ਵਾਲੀ ਸ਼ਬਦਾਵਲੀ ਨਹੀਂ ਹੈ ਗੱਲਬਾਤ ਕਰਨ ਵਾਲੇ ਜਾਂ ਗੱਲਬਾਤ ਦੀ ਵਕਾਲਤ ਕਰਨ ਵਾਲੇ ਤੋਂ ਇਕ ਚਟ ਗद्दार ਹੋਣ ਦਾ ਠੱਪਾ ਲਾ ਦਿੰਦੀ ਹੈ ਇਸੇ ਕਰਕੇ ਸਿੱਖ ਕੌਮ ਸੰਘਰਸ਼ ਬਹੁਤ ਕਰਦੀ ਹੈ ਪਰ ਪ੍ਰਾਪਤ ਕੁਝ ਨਹੀਂ ਕਰਦੀ ਇੱਕ ਹੱਥ ਵਿੱਚ ਤਲਵਾਰ ਦੂਜੇ ਹੱਥ ਵਿੱਚ ਗੁਲਦਸਤੇ ਵਾਲੀ ਨੀਤੀ ਇਹ ਨਹੀਂ ਸਮਝਦੀ ਗੱਲਬਾਤ ਦਾ ਉਦੇਸ਼ ਸ਼ਰਤਾਂ ਨਾਲ ਸਮਝੌਤਾ ਕਰਨਾ ਹੁੰਦਾ ਹੈ ਜੇ ਵਾਦਾ ਤੋੜਨ ਨਾਲ ਕੋਈ ਧਿਰ ਸ਼ਕਤੀਸ਼ਾਲੀ ਹੁੰਦੀ ਹੈ ਤਾਂ ਲੋਕ ਇਸ ਨੂੰ ਵਾਦਾ ਤੋੜਨਾ ਨਹੀਂ ਰਾਜਨੀਤੀ ਕਹਿੰਦੇ ਹਨ ਰਾਜਨੀਤੀ ਹਿੱਤਾਂ ਦੇ ਟਕਰਾਓ ਦਾ ਖੇਤਰ ਹੈ ਵਾਦਾ ਅਕਸਰ ਸ਼ਕਤੀਸ਼ਾਲੀ ਧਿਰ ਤੋੜਦੀ ਹੈ ਤੇ ਕਮਜ਼ੋਰ ਧਿਰ ਹੱਥ ਮਲਦੀ ਰਹਿ ਜਾਂਦੀ ਹੈ ਸਮਝੌਤਾ ਹਮੇਸ਼ਾ ਸ਼ਕਤੀਸ਼ਾਲੀ ਧਿਰ ਦੀਆਂ ਸ਼ਰਤਾਂ ਤੇ ਹੁੰਦਾ ਹੈ ਵਾਦਾ ਤੋੜਨ ਦਾ ਉਦੇਸ਼ ਨਵੀਆਂ ਸ਼ਰਤਾਂ ਮੰਨਵਾਉਣਾ ਹੁੰਦਾ ਹੈ ਸਿੱਖ ਕੌਮ ਦਾ ਵਿਹਾਰ ਰਾਜ ਜ ਨੀਤਕ ਨਹੀਂ ਪਾਵਕ ਹੈ ਧੰਨਵਾਦ ਜੂਆ ਜੂਈ ਬਾਜ਼ ਪਾਵਕ ਹੁੰਦੀ ਹਨ ਪਾਵਕ ਹੋਣ ਕਰਕੇ ਇਹ ਜੂਈ ਬਾਜ਼ ਹੁੰਦੇ ਹਨ ਜਿੱਥੇ ਜਿੱਤ ਬਹੁਤ ਲੁਭਾਣੀ ਹੋਵੇ ਅਤੇ ਹਾਰ ਬੜੀ ਖਤਰਨਾਕ ਹੋਵੇ ਉੱਥੇ ਹਾਲਤ ਜੂਏ ਵਾਲੀ ਹੁੰਦੀ ਹੈ ਭਾਵਨਾਵਾਂ ਮਨੁੱਖ ਨੂੰ ਕੜਿੱਕੀ 'ਚ ਫਸਾ ਲੈਂਦੀਆਂ ਹਨ ਭਾਵਕ ਵਿਅਕਤੀ ਭਾਵੇਂ ਜੂਆ ਨਾ ਖੇਡੇ ਪਰ ਉਹਦਾ ਵਿਹਾਰ ਜੂਏ ਬਾਜ਼ਾਂ ਵਾਲਾ ਹੁੰਦਾ ਹੈ ਤੇ ਉਹ ਅਕਸਰ ਆਪਣੇ ਫੈਸਲਿਆਂ ਤੇ ਪਛਤਾਉਂਦਾ ਹੈ ਜੂਏ ਬਾਜ਼ਾਂ ਦੀ ਸੋਚ ਤਰਕ ਸੰਗਤ ਨਹੀਂ ਹੁੰਦੀ ਕਿਉਂਕਿ ਜਿੱਤਣ ਵਾਲਾ ਜਿੱਤੇ ਪੈਸਿਆਂ ਨੂੰ ਦੁੱਗਣੇ ਕਰਨ ਲਈ ਤੇ ਹਾਰਨ ਵਾਲਾ ਹਾਰੇ ਪੈਸਿਆਂ ਨੂੰ ਵਾਪਸ ਜਿੱਤਣ ਲਈ ਖੇਡਦੇ ਰਹਿੰਦੇ ਹਨ ਅਤੇ ਦੋਵੇਂ ਕਿਸੇ ਤੀਜੇ ਚੌਥੇ ਕੋਲ ਸਭ ਕੁਝ ਹਾਰ ਜਾਂਦੇ ਹਨ ਇਸੇ ਕਰਕੇ ਕਹਿੰਦੇ ਹਨ ਜੂਆ ਨਾ ਕੋਈ ਜਿੱਤਿਆ ਸਭ ਜੁਏ ਜਿੱਤੇ ਧੰਨਵਾਦ ਮਰਦਾਨਗੀ ਜੇਕਰ ਪੁਰਸ਼ ਵਿੱਚ ਮਰਦਾਨਗੀ ਹੋਏਗੀ ਤਾਂ ਆਪਣੀ ਸਾਰੀ ਮਰਦਾਨਗੀ ਕਿਸੇ ਇੱਕ ਇਸਤਰੀ ਦੇ ਖਰਚ ਨਹੀਂ ਕਰੇਗਾ ਉਸ ਦੀ ਮਰਦਾਨਗੀ ਕਈ ਖੇਤਰਾਂ ਵਿੱਚ ਪ੍ਰਗਟ ਹੋਏਗੀ ਜਿਵੇਂ ਪਹਿਲ ਕਰਨ ਵਿੱਚ ਫੈਸਲੇ ਲੈਣ ਵਿੱਚ ਅਗਵਾਈ ਦੇਣ ਵਿੱਚ ਖਤਰਿਆਂ ਦਾ ਸਾਹਮਣਾ ਕਰਨ ਵਿੱਚ ਸੰਕਟ ਨੂੰ ਸਹਿਣ ਵਿੱਚ ਜ਼ਿੰਮੇਵਾਰੀ ਚੁੱਕਣ ਵਿੱਚ ਕਰਤੱਵ ਨਿਭਾਉਣ ਵਿੱਚ ਖੇਤਰ ਕੋਈ ਹੋਵੇ ਉਹ ਸਾਬਤ ਕਰੇਗਾ ਕਿ ਉਹ ਮਰਦ ਹੈ ਧੰਨਵਾਦ ਧਾਕਲਾ ਨੀਤੀ ਅਜੋਕੇ ਸੰਸਾਰ ਦੀ ਸਭ ਤੋਂ ਵਧੇਰੇ ਸਨਮਾਨਤ ਅਤੇ ਪਰਸਿੱਧ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਪਹਿਲਾ ਇੱਕ ਕਾਲਜ ਸੀ ਜਿਸ ਦੀ 17ਵੀਂ ਸਦੀ ਦੇ ਮੱਧ ਵਿੱਚ ਦਾਖਲਾ ਨੀਤੀ ਵਿੱਚ ਦਰਜ ਸੀ ਜੋ ਲਾਤੀਨੀ ਪੜ੍ਹ ਲਿਖ ਸਕਦਾ ਹੋਵੇ ਕਵਿਤਾ ਸੁਣਾ ਸਕਦਾ ਹੋਵੇ ਅਰਥ ਸਮਝਾ ਸਕਦਾ ਹੋਵੇ ਯੂਨਾਨੀ ਭਾਸ਼ਾ ਦੀਆਂ ਬਾਰੀਕੀਆਂ ਤੋਂ ਜਾਣੂ ਹੋਵੇ ਉਸ ਨੂੰ ਦਾਖਲ ਕਰਨ ਬਾਰੇ ਵਿਚਾਰਿਆ ਜਾ ਸਕਦਾ ਹੈ ਭਾਰਤ ਦੇ ਪੁਰਾਤਨ ਟੈਕਸਲਾ ਤੇ ਨਾਲੰਦਾ ਵਿਸ਼ਵ ਵਿਦਿਆਲਿਆਂ ਦੇ ਪਰਵੇਸ਼ ਦਵਾਰ ਵਿੱਚ ਦਵਾਰਪਾਲ ਬੈਠਿਆ ਕਰਦੇ ਸਨ ਜਿਨ੍ਹਾਂ ਦੇ ਪ੍ਰਸ਼ਨਾਂ ਦੇ ਸੰਤੋਖਜਨਕ ਉੱਤਰ ਦੇਣ ਵਾਲੇ ਵਿਦਿਆਰਥੀਆਂ ਨੂੰ ਹੀ ਅੰਦਰ ਜਾਣ ਦੀ ਆਗਿਆ ਹੁੰਦੀ ਸੀ ਧੰਨਵਾਦ ਪਰਵਿਰਤੀ ਗਰੀਬ ਦੇਸ਼ਾਂ ਤੇ ਸਮਾਜਾਂ ਵਿੱਚ ਹੋਰਾਂ ਨੂੰ ਪੜਨਾ ਤੇ ਨਿਮਾ ਵਿਖਾਉਣ ਦੀ ਪ੍ਰਵਿਰਤੀ ਬਲਵਾਨ ਹੁੰਦੀ ਹੈ ਜਲੰਧਰ ਦੇ ਇੱਕ ਸਕੂਲ ਵਿੱਚ ਲਗਭਗ 400 ਬੱਚੇ ਸਨ ਨੇੜੇ ਦੇ ਯਤਿਮਖਾਨੇ ਦੇ 8 ਬੱਚੇ ਦਾਖਲ ਹੋਏ ਤਾਂ ਸਕੂਲ ਦਾ ਨਾਂ ਹੀ ਯਤਿਮਖਾਨਾ ਸਕੂਲ ਪੈ ਗਿਆ ਅਤੇ ਇਸ ਭੰਡੀ ਕਾਰਨ ਸਕੂਲ ਬੰਦ ਹੀ ਹੋ ਗਿਆ ਦੂਜੇ ਪਾਸੇ ਜਰਮਨੀ ਦੇ ਇੱਕ ਸ਼ਹਿਰ ਵਿੱਚ ਇੱਕ ਯਤਿਮਖਾਨੇ ਦੇ ਮੁੰਡਿਆਂ ਨੇ ਫੁੱਟਬਾਲ ਦੀ ਟੀਮ ਬਣਾਈ ਉਹ ਵਕ ਵਕ ਥਾਵਾਂ ਤੇ ਕੰਮ ਕਰਕੇ ਫੁੱਟਬਾਲ ਦਾ ਸਮਾਨ ਖਰੀਦੇ ਸਨ ਜਿੱਥੇ ਵੀ ਮੌਕਾ ਮਿਲਦਾ ਯਤਿਮਖਾਨੇ ਦੀ ਇਹ ਟੀਮ ਖੇਡ ਦੇਸੀ ਨਕਦ ਇਨਾਮ ਜਿੱਤ ਕੇ ਲਿਆਉਂਦੇ ਸੀ ਇਸ ਟੀਮ ਦੀ ਆਮਦਨ ਨਾਲ ਤੇ ਚਰਚ ਦੇ ਯੋਗਦਾਨ ਨਾਲ ਯਾਤੀਮਖਾਨੇ ਵਿੱਚ ਸਕੂਲ ਖੁੱਲਿਆ ਫੁੱਟਬਾਲ ਦੀ ਟੀਮ ਨੇ ਨਾ ਕੇਵਲ ਯਾਤੀਮਖਾਨੇ ਨੂੰ ਪ੍ਰਸਿੱਧ ਕੀਤਾ ਸਗੋਂ ਇਸ ਨੂੰ ਇੱਕ ਮਾਡਲ ਵਜੋਂ ਉਸਾਰਿਆ ਜਿਸ ਕਾਰਨ ਇਸ ਸਕੂਲ ਨੂੰ ਪ੍ਰਸਿੱਧੀ ਮਿਲੀ ਤੇ ਇਸ ਨੂੰ ਹੋਂਹ ਹਾਰਾਂ ਦਾ ਸਕੂਲ ਕਿਹਾ ਜਾਣ ਲੱਗ ਪਿਆ ਧੰਨਵਾਦ ਗਣਿਤ ਸ਼ਾਸਤਰੀ ਫਰਾਂਸ ਦੇ ਐਵਰੀਸਟ ਗੈਲਵਾਇਸ ਨੇ ਕਿਸ਼ੋਰ ਅਵਸਥਾ ਵਿੱਚ ਹੀ ਅਲਜਬਰੇ ਦੇ ਖੇਤਰ ਵਿੱਚ ਪੁਲੰਗਾ ਪੁੱਟੀਆਂ ਜਦੋਂ 20 ਸਾਲ ਦਾ ਸੀ ਤਾਂ ਇੱਕ ਲੜਕੀ ਦੇ ਸਬੰਧ ਵਿੱਚ ਉਸ ਦਾ ਆਪਣੇ ਰਕੀਬ ਨਾਲ ਝਗੜਾ ਹੋ ਗਿਆ ਫਰਾਂਸ ਵਿੱਚ ਰਿਵਾਇਤ ਰਹੀ ਹੈ ਕਿ ਜੇ ਦੋ ਪੁਰਸ਼ ਇੱਕ ਹੀ ਇੱਕ ਵਾਰੀ ਔਰਤ ਨੂੰ ਪਿਆਰ ਕਰਦੇ ਹੋ ਤਾਂ ਇੱਕ ਨੂੰ ਹਾਰਜ ਕਰਨ ਲਈ ਕੋਈ ਇੱਕ ਦੂਜੇ ਨੂੰ ਤਲਵਾਰ ਬਾਜ਼ੀ ਲਈ ਵੰਗਾਰਦਾ ਹੈ ਤੇ ਦੂਜੇ ਨੂੰ ਆਪਣੇ ਮਰਦ ਹੋਣ ਦੇ ਸਬੂਤ ਵਜੋਂ ਇਹ ਚੁਣੌਤੀ ਅਕਸਰ ਸਵੀਕਾਰ ਕਰਨੀ ਪੈਂਦੀ ਹੈ ਅਜੇ ਹੀ ਮੁੱਠ ਭੇੜ ਵਿੱਚ ਇੱਕ ਦਾ ਮਰਨਾ ਨਿਸ਼ਚਿਤ ਹੁੰਦਾ ਹੈ ਇਸ ਨੂੰ ਕਤਲ ਨਹੀਂ ਸਮਝਿਆ ਜਾਂਦਾ ਐਵਰਸਟੇ ਨੂੰ ਵੀ ਇਹ ਚੁਣੌਤੀ ਸਵੀਕਾਰ ਕਰਨੀ ਪਈ ਵੰਗਾਰਨ ਵਾਲਾ ਵਧੇਰੇ ਬਲਵਾਨ ਤੇ ਫੁਰਤੀਲਾ ਸੀ ਸੋ ਐਵਰਿਸਟ ਨੂੰ ਪਤਾ ਸੀ ਕਿ ਅਗਲੇ ਦਿਨ ਉਸਨੇ ਤਲਵਾਰਬਾਜ਼ੀ ਚ ਮਾਰੇ ਜਾਣਾ ਹੈ ਉਸ ਤੋਂ ਪਹਿਲੀ ਰਾਤ ਉਸ ਕੋਲ ਅਲਜਬਰੇ ਦਾ ਜੋ ਗਿਆਨ ਸੀ ਉਸ ਨੂੰ ਉਹਨੇ ਲਿਖਣ ਦਾ ਫੈਸਲਾ ਕੀਤਾ ਤਾਂ ਕਿ ਉਸ ਤੋਂ ਗਣਿਤ ਅਤੇ ਅਲਜਬਰਾ ਸ਼ਾਸਤਰੀ ਲਾਭ ਉਠਾ ਸਕਣ ساری ਰਾਤ ਉਹ ਪਾਗਲਾ ਵਾਂਗ ਵਾਹੋਦਾਈ ਲਿਖਦਾ ਰਿਹਾ ਸਥਿਤੀ ਦੀ شدت ਕਾਰਨ ਵਿਚਾਰوں ਡੁਡਾਉਂਦੇ ਰਹੇ ਤੇ ਅਨੇਕਾਂ ਨਵੇਂ ਵਿਚਾਰ ਵੀ ਸੁੱਝੇ ਅਗਲੇ ਦਿਨ ਜਿਵੇਂ ਕਿ ਉਸ ਨੂੰ ਪਤਾ ਸੀ ਉਹ ਤਲਵਾਰਬਾਜ਼ੀ ਚ ਮਾਰਿਆ ਗਿਆ ਪਰ ਉਸ ਰਾਤ ਲਿਖੇ ਅਲਜਬਰੇ ਦੇ ਫਾਰਮੂਲੇ ਕਈ ਸਾਲ ਅਲਜਬਰਾ ਤੇ ਗਣਿਤ ਸ਼ਾਸਤਰੀਆਂ ਦੇ ਡੂੰਘੇ ਦਿਲਚਸਪੀ ਦਾ ਕੇਂਦਰ ਬਣੇ ਰਹੇ ਧੰਨਵਾਦ ਹਰ ਤਾਂ ਸਫਲਤਾ ਜਿਹੜੀ ਚੁਸਤ ਤੇ ਫੁਰਤੀਲੇ ਹੁੰਦੇ ਹਨ ਉਹ ਹਰ ਇੱਕ ਸਥਿਤੀ ਤੋਂ ਲਾਭ ਉਠਾਉਣਾਂ ਜਾਣਦੇ ਹਨ ਇੱਕ ਪੰਜਾਬੀ ਜਵਾਨ ਅਮਰੀਕਾ ਜਾਣ ਦੇ ਉਪਰਾਲੇ ਵਿੱਚ ਟਰੈਵਲ ਏਜੰਟ ਦੀ ਬੇਈਮਾਨੀ ਕਾਰਨ ਕੰਬੋਡੀਆ ਪਹੁੰਚ ਗਿਆ ਕਿਸੇ ਵੇਲੇ ਉਸਨੇ ਇੱਕ ਹੋਟਲ ਵਿੱਚ ਕੰਮ ਕੀਤਾ ਸੀ ਜਿਸ ਦੇ ਆਧਾਰ ਤੇ ਉਹ ਕੰਬੋਡੀਆ ਦੇ ਇੱਕ ਹੋਟਲ ਵਿੱਚ ਕੰਮ ਕਰਨ ਲੱਗ ਪਿਆ ਫੁਰਤੀਲਾ ਸੀ ਜਵਾਨ ਸੀ ਹੋਟਲ ਦੇ ਮਾਲਕ ਦੀ ਧੀ ਉਸ ਨਾਲ ਪਿਆਰ ਕਰਨ ਲੱਗ ਪਈ ਵਿਆਹ ਹੋ ਗਿਆ ਲੜਕੀ ਵੀ ਹੋਟਲ ਦਾ ਕੰਮ ਜਾਣਦੀ ਸੀ ਦੋਹਾਂ ਨੇ ਰਲ ਕੇ ਹੋਟਲ ਖੋਲ੍ਹ ਲਿਆ ਅਮਰੀਕਾ ਨੂੰ ਉਹ ਭੁੱਲ ਗਿਆ ਤੇ ਸਿੱਧ ਕੀਤਾ ਕਿ ਜਿੱਥੇ ਵੀ ਸਫਲਤਾ ਮਿਲੇ ਉਹੀ ਅਮਰੀਕਾ ਹੁੰਦਾ ਹੈ ਧੰਨਵਾਦ ਅੱਖਾਂ ਦੀ ਚਮਕ ਅੱਖਾਂ ਦੀ ਚਮਕ ਸਿਆਣਪ ਦਾ ਸੰਕੇਤ ਹੁੰਦੀ ਹੈ ਸੂਰਾ ਉਠਾਂ ਤੇ ਡੱਡੂਆਂ ਦੀਆਂ ਅੱਖਾਂ 'ਚ ਚਮਕ ਨਹੀਂ ਹੁੰਦੀ ਸਿਆਣਿਆਂ ਦੀ ਤੋਰ ਵਿੱਚ ਵੀ ਸਿਆਣਪ ਹੁੰਦੀ ਹੈ ਸਿਆਣੇ ਬੰਦਿਆਂ ਦੀ ਹਰ ਇੱਕ ਹਰਕਤ ਹਰ ਇੱਕ ਸ਼ਬਦ ਉੱਤੇ ਉਹਨਾਂ ਦੀ ਛਾਪ ਹੁੰਦੀ ਹੈ। ਇੱਕ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਉੱਥੇ ਖਲੋਤੇ ਵਜ਼ੀਰਾਂ ਵਿੱਚੋਂ ਸਭ ਤੋਂ ਸਿਆਣੇ ਵਜ਼ੀਰ ਨੂੰ ਪਛਾਣਨ ਲਈ ਕਿਹਾ। ਪੁੱਤਰ ਨੇ ਧਿਆਨ ਨਾਲ ਵੇਖਿਆ, ਵੇਖਦਾ ਤਾਂ ਪਹਿਲਾਂ ਵੀ ਸੀ। ਜਿਸ ਦੀਆਂ ਅੱਖਾਂ ਵਿੱਚ ਚਮਕ ਸੀ, ਤੌਰ ਵਿੱਚ ਰੋਬ ਸੀ, ਉਹਦਾ ਹੱਥ ਫੜ ਕੇ ਉਸ ਵੱੰਗ ਤੁਰ ਕੇ ਪਿਤਾ ਕੋਲ ਲੈ ਗਿਆ। ਧੰਨਵਾਦ। ਗੁੱज्ਜਾ ਬਦਲਾ ਜਿਹੜੀ ਸਿੱਧਾ ਬਦਲਾ ਲੈਂਦੇ ਹਨ ਉਹ ਨਹੀਂ ਖਤਰਨਾਕ ਤੇ ਹਾਨੀਕਾਰਕ ਨਹੀਂ ਹੁੰਦੇ ਜਿੰਨੇ ਗੁੱज्ਜਾ ਬਦਲਾ ਲੈਣ ਵਾਲੇ ਹੁੰਦੇ ਹਨ ਗੁੱज्ਜਾ ਬਦਲਾ ਲੈਣ ਵਾਲੇ ਅਜਿਹੀ ਟੰਗ ਵਰਤਦੇ ਹਨ ਕਿ ਪਤਾ ਹੀ ਨਹੀਂ ਲੱਗਦਾ ਕਿ ਕੀ ਵਾਪਰ ਰਿਹਾ ਹੈ ਇੱਕ ਵਪਾਰੀ ਨੇ ਕਿਸੇ ਵੇਲੇ ਆਪਣੇ ਭਾਈਵਾਲ ਰਹੇ ਵਪਾਰੀ ਤੋਂ ਬਦਲੇ ਦੀ ਭਾਵਨਾ ਦੇ ਉਸ ਦਾ ਇਕਲੌਤਾ ਪੁੱਤਰ ਵਰਗਲਾਲੀ ਅਤਿ ਖਾਣ ਪੀਣ ਦੀ ਆਦਤ ਨਾਲ ਆਪਣੇ ਖਰਚੇ ਤੇ ਨਸ਼ਿਆਂ ਦਾ ਆਦੀ ਬਣਾ ਦਿੱਤਾ ਅਤੇ ਫਿਰ ਅਚਾਨਕ ਸਬੰਧ ਤੋੜ ਲਿਆ ਪੁੱਤਰ ਨੇ ਪਿਤਾ ਨੂੰ ਬਰਬਾਦ ਕਰ ਦਿੱਤਾ ਭਾਰੀ ਨੁਕਸਾਨ ਉਪਰੰਤ ਅਖੀਰ ਪਿਓ ਨੇ ਵੀ ਕੱਢ ਦਿੱਤਾ ਤੇ ਉਹ ਸੌਰੀ ਦੀ ਦੁਕਾਨ ਤੇ ਨੌਕਰ ਬਣ ਕੇ ਕੰਮ ਕਰਨ ਲੱਗਾ ਗੁੱਝੇ ਬਦਲੇ ਦੇ ਅਨੇਕਾ ਰੂਪ ਹਨ ਜਿਵੇਂ ਜ਼ਰੂਰੀ ਕੰਮ 'ਚ ਦੇਰੀ ਕਰਨੀ ਜਿਸ ਨਾਲ ਮੌਕਾ ਹੱਥੋਂ ਨਿਕਲ ਜਾਂਦਾ ਹੈ ਜਦੋਂ ਕਿਸੇ ਦੀ ਲੋੜ ਹੋਵੇ ਉਹਦਾ ਉਸ ਵੇਲੇ ਕਿਧਰੇ ਚਲੇ ਜਾਣਾ आज जाण ਦਾ ਵਾਅਦਾ ਕਰਕੇ ਅਗਲੇ ਦਿਨ ਆਉਣਾ ਤੇ ਕਹਿਣਾ ਦਿਨ ਦਾ ਭੁਲੇਖਾ ਲੱਗਿਆ ਸੀ ਕਿਸੇ ਦੇ ਵਾਅਦੇ ਤੇ ਸਮੁੱਚੇ ਰੂਪ ਵਿੱਚ ਨਿਰਭਰ ਕਰਕੇ ਪਛਤਾਉਗੇ ਇੱਕ ਵਿਅਕਤੀ ਨੇ ਰਾਜਸਥਾਨੀ ਵਿੱਚ ਮੁਕਾਬਲੇ ਦਾ ਇਮਤਿਹਾਨ ਦੇਣ ਜਾਣਾ ਸੀ ਇੱਕ ਜਾਨੂ ਨੇ ਕੋਈ ਪੁਰਾਣੀ ਰੜਕ ਕੱਢਣ ਲਈ ਉਸ ਨੂੰ ਸਨੇਹੀ ਬਣ ਕੇ ਕਿਹਾ ਮੈਂ ਵੀ ਜਾਣਾ ਤੂੰ ਮੇਰੇ ਨਾਲ ਮੇਰੀ ਕਾਰ ਵਿੱਚ ਚਲਾ ਜਾਈਂ ਕਹਿੰਦਾ ਰਿਹਾ ਆ ਰਿਆਂ ਆ ਰਿਆਂ ਬਸ ਪਹੁੰਚਣ ਵਾਲਾ ਆਪ ਚਲਾ ਗਿਆ ਲੈ ਕੇ ਨਾ ਗਿਆ ਇਹੋ ਜਿਹਿਆਂ ਨਾਲ ਲੜਨ ਦਾ ਲਾਭ ਨਹੀਂ ਹੋਏਗਾ ਇਹਨਾਂ ਤੋਂ ਇਓਂ ਬਚੋ ਜਿਵੇਂ ਪਲੇਗ ਡੇਂਗੂ ਜਾਂ ਕਰੋਨਾ ਤੋਂ ਬਚਦੇ ਹੋ ਭਰੋਸਾ ਕਿਸੇ ਵੱਲੋਂ ਮਦਦ ਕਰਨ ਦੇ ਵਾਅਦਿਆਂ ਤੇ ਬਹੁਤਾ ਭਰੋਸਾ ਨਹੀਂ ਕਰਨਾ ਚਾਹੀਦਾ ਇੱਕ ਸਦੀ ਪਹਿਲਾਂ ਅਮਰੀਕਾ ਵਿੱਚ ਇੱਕ ਵਿਅਕਤੀ ਛਾਪੇਖਾਨੇ ਵਿੱਚ ਮੈਨੇਜਰ ਸੀ ਤੇ ਉੱਥੋਂ ਛਪਦੇ ਅਖਬਾਰ ਵਿੱਚ ਕਾਲਮ ਵੀ ਲਿਖਦਾ ਸੀ ਜਿਸ ਵਿੱਚ ਉਹ ਅਕਸਰ ਗਵਰਨਰ ਦੇ ਨਿਰਣਿਆਂ ਦਾ ਵਿਸ਼ਲੇਸ਼ਣ ਕਰਕੇ ਆਲੋਚਨਾ ਵੀ ਕਰਦਾ ਸੀ ਇੱਕ ਦਿਨ ਗਵਰਨਰ ਨੇ ਉਸ ਨੂੰ ਕਿਹਾ ਤੂੰ ਆਪਣਾ ਛਾਪਾਖਾਨਾ ਲਾ ਆਪਣਾ ਸਮਾਚਾਰ ਪੱਤਰ ਚਲਾ ਮੈਂ ਪੂਰੀ ਮਦਦ ਕਰਾਂਗਾ ਤੂੰ ਲੰਡਨ ਜਾ ਕੇ ਛਾਪੇਖਾਨੇ ਦੀਆਂ ਮਸ਼ੀਨਾਂ ਲਿਆ ਮੈਨੇਜਰ ਨੇ ਨੌਕਰੀ ਛੱਡ ਕੇ ਲੰਡਨ ਜਾਣ ਦੀ ਤਿਆਰੀ ਕਰ ਲਈ ਜਦੋਂ ਜਾਣ ਦਾ ਦਿਨ ਆ ਗਿਆ ਤਾਂ ਗਵਰਨਰ ਨੇ ਮਾਇਕ ਸਹਾਇਤਾ ਦੇਣ ਦੀ ਥਾਂ ਕਿਆ ਤੇਰੇ ਲੰਡਨ ਪਹੁੰਚਦੇ ਹੀ ਪੈਸੇ ਪਹੁੰਚੇ ਹੋਣਗੇ ਮੈਨੇਜਰ ਨੇ ਆਪਣੀ ਸਾਰੀ ਬਚਤ ਹੋਰ ਲੋੜੀਂਦਾ ਸਮਾਨ ਖਰੀਦਣ ਵਿੱਚ ਖਰਚ ਦਿੱਤੀ ਮਸ਼ੀਨਾਂ ਲਈ ਪੈਸੇ ਉਡੀਕਦਾ ਰਿਆ ਪੈਸੇ ਨਾ ਆਉਣੇ ਸਨ ਨਾ ਆਏ ਉਸ ਨੂੰ ਸਮਝ ਆਈ ਕਿ ਗਵਰਨਰ ਨੇ ਉਸ ਦਾ ਕਾਲਮ ਰੋਕਣ ਲਿਖਣਾ ਰੋਕਣ ਦੇ ਉਦੇਸ਼ ਨਾਲ ਸਭ ਕੁਝ ਕੀਤਾ ਸੀ ਕਿਉਂਕਿ ਛਾਪੇਖਾਨੇ ਦੇ ਕੰਮਾਂ ਦਾ ਮਾਰ ਸੀ ਲੰਡਨ ਵਿੱਚ ਇੱਕ ਛਾਪੇਖਾਨੇ ਵਿੱਚ ਉਹਨੇ ਕੰਮ ਕਰਨਾ ਆਰੰਭ ਕੀਤਾ ਤੇ 5 ਸਾਲਾਂ ਦੀ ਮਿਹਨਤ ਮਗਰੋਂ ਕਮਾਈ ਪੈਸਿਆਂ ਨਾਲ ਉਹ ਛਾਪੇਖਾਨੇ ਦਾ ਸਮਾਨ ਲੈ ਕੇ ਵਾਪਸ ਆਇਆ ਤੇ ਸਮਾਚਾਰ ਪੱਤਰ ਛਾਪਿਆ ਤੇ ਉਸ ਨੇ ਉਸ ਗਵਰਨਰ ਦੀਆਂ ਰਾਸ਼ਟਰਪਤੀ ਬਣਨ ਦੀਆਂ ਵਿਉਂਤਾਂ ਤੇ ਪੋਚਾ ਫੇਰ ਦਿੱਤਾ ਧੰਨਵਾਦ ਸਜ਼ਾ ਪੁਰਾਣੇ ਜ਼ਮਾਨੇ ਵਿੱਚ ਪ੍ਰਸਿੱਧ ਅਪਰਾਧੀਆਂ ਨੂੰ ਗੁੰਬਦਾਂ ਵਿੱਚ ਕੈਦ ਕੀਤਾ ਜਾਂਦਾ ਸੀ ਜਿੱਥੋਂ ਕੈਦੀ ਲੋਕਾਂ ਨੂੰ ਵੇਖ ਸਕਦੇ ਸਨ ਪਰ ਬਾਹਰਲੇ ਲੋਕ ਉਹਨਾਂ ਨੂੰ ਨਹੀਂ ਸੀ ਵੇਖ ਸਕਦੇ ਗੁੰਬਦਾਂ ਵਿੱਚਲੇ ਕੈਦੀਆਂ ਦੇ ਦੌੜ ਜਾਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਸੀ ਗੁੰਬਦ ਵਿੱਚ ਕੈਦ ਵਿਅਕਤੀ ਇਕਲਤਾ ਦੇ ਅਕੀਵੇਂ ਨਾਲ ਨੀਮ ਪਾਗਲ ਹੋ ਜਾਂਦੇ ਸਨ ਅਸਲ ਸਜ਼ਾ ਉਹਨਾਂ ਦਾ ਨੀਮ ਪਾਗਲ ਹੋਣਾ ਹੁੰਦੀ ਸੀ ਤਨਵ ਧਾਰਮਿਕ ਬਿਰਤੀ ਧਾਰਮਿਕ ਬਿਰਤੀ ਵਾਲੇ ਲੋਕਾਂ ਦਾ ਜੀਵਨ ਅਕਸਰ ਵਧੇਰੇ ਨੀਮਬਦ ਹੁੰਦਾ ਹੈ ਜੀਵਨ ਨੀਮਬਦ ਹੋਣ ਕਾਰਨ ਅਜੇ ਲੋਕ ਘਟ ਬਿਮਾਰ ਪੈਂਦੇ ਹਨ ਘਟ ਗੈਰ ਹਾਜ਼ਰ ਹੁੰਦੇ ਹਨ ਘਟ ਤਣਾਅ ਵਿੱਚ ਰਹਿੰਦੇ ਹਨ ਇਹਨਾਂ ਕੋਲ ਭਾਵੇਂ ਆਰਥਿਕ ਵਸੀਲੇ ਬਹੁਤੇ ਨਹੀਂ ਹੁੰਦੇ ਪਰ ਇਹਨਾਂ ਕੋਲ ਜੀਵਨ ਦੀ ਤਸੱਲੀ ਵਧੇਰੇ ਹੁੰਦੀ ਹੈ ਇਨਾਂ ਨੂੰ ਆਪਣੇ ਜੀਵਨ ਦੇ ਮੁੱਲਵਾਨ ਹੋਣ ਦਾ ਭਰੋਸਾ ਹੁੰਦਾ ਹੈ। ਇਹ ਹੋਰਾਂ ਬਾਰੇ ਚੰਗਾ-ਚੰਗਾ ਸੋਚਦੇ ਹਨ। ਇਹ ਟੈਂਦੀ ਕਲਾ ਦਾ ਸ਼ਿਕਾਰ ਨਹੀਂ ਹੁੰਦੇ। ਇਹ ਵਧੇਰੇ ਭਰੋਸੇਯੋਗ ਹੁੰਦੇ ਹਨ। ਧੰਨਵਾਦ। ਮੁੰਡੇ ਜਦੋਂ ਮੁੰਡੇ ਆਪਸ ਵਿੱਚ ਲੜਨ ਲੱਗ ਪੈਂਣ ਤਾਂ ਉਹ ਬੱਚੇ ਨਹੀਂ ਰਹਿੰਦੇ। ਜਦੋਂ ਕਿਸੇ ਕੁੜੀ ਪਿੱਛੇ ਲੜਨ ਤਾਂ ਉਹ ਗਬਰੂ ਬਣ ਜਾਂਦੇ ਹਨ। ਮੁੰਡੇ ਜੇ ਲੜਨਾਂ ਤਾਂ ਉਹਨਾਂ ਵਿੱਚ ਹੌਸਲਾ ਤੇ ਦਲੇਰੀ ਨਹੀਂ ਉਪਜਦੀ ਲੜਨ ਪੜਨ ਵਾਸਤੇ ਉਹ ਕਈਆਂ ਨੂੰ ਦੁਸ਼ਮਣ ਤੇ ਕਈਆਂ ਨੂੰ ਦੋਸਤ ਬਣਾਉਂਦੇ ਹਨ ਤੇ ਕਈਆਂ ਦੇ ਦੁਸ਼ਮਣ ਬਣ ਜਾਂਦੇ ਹਨ ਆਪਣੀ ਤਾਕਤ ਵਧਾਉਣ ਵਾਸਤੇ ਇਹ ਟੋਲੇ ਬਣਾ ਲੈਂਦੇ ਹਨ ਜਦੋਂ ਤੱਕ ਵਿਆਹ ਨਹੀਂ ਹੁੰਦਾ ਇਹ ਸਮੱਸਿਆਵਾਂ ਉਪਜਾਉਂਦੇ ਰਹਿੰਦੇ ਹਨ ਫੇਰ ਇਹ ਵਿਆਹ ਦੀਆਂ ਸਮੱਸਿਆਵਾਂ ਵਿੱਚ ਉਲਝ ਜਾਂਦੇ ਹਨ ਧੰਨਵਾਦ ਸਮੇਂ ਦਾ ਮਹੱਤਵ ਉਹ ਪਾਰਵਿਚ ਰਾਜਨੀਤੀ ਵਿੱਚ ਜੀਵਨ ਦੇ ਹਰੇਕ ਖੇਤਰ ਵਿੱਚ ਸਮਾਂ ਬੜਾ ਮਹੱਤਵਪੂਰਨ ਪੱਖ ਹੁੰਦਾ ਹੈ ਇੰਤਿਆਹਾਂ ਦੇ ਮਹੀਨਿਆਂ ਵਿੱਚ ਫਿਲਮ ਰਿਲੀਜ਼ ਨਹੀਂ ਕੀਤੀ ਜਾਂਦੀ ਤਿਉਹਾਰਾਂ ਦੇ ਮੌਸਮ ਵਿੱਚ ਕੋਈ ਮੈਚ ਨਹੀਂ ਵੇਖਦਾ ਮੀਹਾਂ ਦੇ ਮੌਸਮ ਵਿੱਚ ਸਮਾਗਮ ਨਹੀਂ ਕੀਤੇ ਜਾਂਦੇ ਸੋਮਵਾਰ ਕੋਈ ਸਮਾਗਮ ਕਰਨ ਵਿੱਚ ਇਸ ਲਈ ਮੁਸ਼ਕਲ ਹੁੰਦੀ ਹੈ ਪਿਛਲਾ ਦਿਨ ਐਤਵਾਰ ਤੇ ਛੁੱਟੀ ਹੋਣ ਕਰਕੇ ਠੀਕ ਤਿਆਰੀ ਹੀ ਨਹੀਂ ਹੋਈ ਹੁੰਦੀ ਯੂਨੀਵਰਸਿਟੀ ਪ੍ਰੀਖਿਆਵਾਂ ਅਕਸਰ ਕਿਸੇ ਵਿੱਚ ਘੱਟਲੇ ਦਿਨ ਆਰੰਭ ਹੁੰਦੀਆਂ ਹਨ ਨਵੀਆਂ ਕਾਰਾਂ ਸਕੂਟਰ ਆਦ ਨਵੰਬਰ ਦਸੰਬਰ ਚ ਨਹੀਂ ਵਿਕਦੇ ਕਿਉਂਕਿ ਮਗਰੋਂ ਵੇਚਣ ਵੇਲੇ ਪਿਛਲੇ ਸਾਲ ਦਾ ਮਾਡਲ ਗਿਣੇ ਜਾਂਦੇ ਹਨ ਯੂਨੀਵਰਸਟੀਆਂ ਕਾਲਜਾਂ ਵਿੱਚ ਪੁਸਤਕ ਪ੍ਰਦਰਸ਼ਨੀਆਂ ਮਹੀਨੇ ਦੇ ਪਹਿਲੇ ਅੱਧ ਵਿੱਚ ਲੱਗਦੀਆਂ ਹਨ ਮਗਰਲੇ ਦਿਨਾਂ ਵਿੱਚ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਹੁੰਦੇ। ਦੀਵਾਲੀ ਲੰਘਣ ਉਪਰੰਤ ਗਹਿਣਿਆਂ ਜਾਂ ਕੱਪੜਿਆਂ ਜਾਂ ਖਾਣ-ਪੀਣ ਦੇ ਸਾਮਾਨ ਦੀ ਦੁਕਾਨ ਖੋਲਣੀ ਮੁਰਖਤਾ ਹੁੰਦੀ ਹੈ। ਹਫਤੇ ਦੇ ਕੰਮਕਾਜੀ ਦਿਨਾਂ ਵਿੱਚ ਵਿਆਹ ਦੇ ਸਮਾਗਮ ਵਿੱਚ ਬਹੁਤੀ ਹਾਜ਼ਰੀ ਨਹੀਂ ਹੁੰਦੀ। ਧੰਨਵਾਦ। ਰਾਈਟ ਪ੍ਰਾ। ਹਵਾਈ ਜਹਾਜ਼ ਦੀ ਕਾਰਡ ਕੱਢਣ ਵਾਲੀ ਰਾਈਟ ਪ੍ਰਾ। ਪਾਦਰੀ ਪਿਤਾ ਵੱਲੋਂ ਦੌਰਿਆਂ ਤੋਂ ਮੁੜਦਿਆਂ ਲਿਆਂਦੇ ਖਿਡੌਣਿਆਂ ਦੀ ਕਾਰਗੁਜ਼ਾਰੀ ਨੂੰ ਨਿਰਖਦੇ ਪਰਖਦੇ ਸਨ ਉਹ ਖਿਡੌਣਿਆਂ ਦੀ ਪੁਰਜ਼ਿਆਂ ਨੂੰ ਵੱਖ ਕਰਕੇ ਮੁੜ ਜੋੜਿਆ ਕਰਦੇ ਸਨ ਉਹਨਾਂ ਨੇ ਆਪਣੇ ਘਰ ਵਿੱਚ ਹੀ ਛੋਟੇ ਜਿਹੇ ਵਰਕਸ਼ਾਪ ਬਣਾਈ ਹੋਈ ਸੀ ਉਹਨਾਂ ਨੇ ਉਚੇਰੀ ਪੜ੍ਹਾਈ ਨਹੀਂ ਸੀ ਕੀਤੀ ਉਹ ਲੋੜ ਨੂੰ ਮੁੱਖ ਰੱਖ ਕੇ ਮਸ਼ੀਨਾਂ ਬਣਾਉਂਦੇ ਸਨ ਪਹਿਲਾਂ ਸਾਈਕਲਾਂ ਦਾ ਇੱਕ ਪਹੀਆ ਵੱਡਾ ਤੇ ਦੂਜਾ ਪਹੀਆ ਛੋਟਾ ਹੋਇਆ ਕਰਦਾ ਸੀ ਇਨ੍ਹਾਂ ਭਰਾਵਾਂ ਨੇ ਇੱਕੋ ਜਿਹੇ ਦੋਵੇਂ ਪਹੀਆਂ ਵਾਲੀਆਂ ਸਾਈਕਲਾਂ ਬਣਾਈਆਂ ਇਹ ਸਾਈਕਲਾਂ ਪਰਵਾਨ ਹੋਈਆਂ ਇਹਨਾਂ ਨੇ ਸਾਈਕਲਾਂ ਦੀ ਫੈਕਟਰੀ ਖੋਲੀ ਸਾਈਕਲ ਦੌੜਾਂ ਦੇ ਮੁਕਾਬਲੇ ਕਰਵਾਏ ਇਹਨਾਂ ਨੇ ਪੰਛੀਆਂ ਦਾ ਅਧਿਐਨ ਕੀਤਾ ਪਹਿਲਾਂ ਗਲਾਈਡਰ ਬਣਾਏ ਪ੍ਰਯੋਗ ਕਰਦੇ ਕਰਦੇ ਇਹ ਹਵਾਈ ਜਹਾਜ਼ ਦਾ ਨਿਰਮਾਣ ਕਰਨ ਵਿੱਚ ਸਫਲ ਹੋਏ ਸਨ ਹਵਾਈ ਜਹਾਜ਼ ਦੀ ਕਾਢ ਨੇ ਮਨੁੱਖ ਦੀ ਸੋਚ ਤੇ ਅਨੁਭਵ ਵਿੱਚ ਕ੍ਰਾਂਤੀ ਲਿਆਉਂਦੀ ਸੀ ਧੰਵਾਦ ਦੋਸਤ ਪਿਤਾ ਜਿਹੜੇ ਪਿਤਾ ਆਪਣੇ ਬੱਚਿਆਂ ਦੇ ਦੋਸਤ ਬਣਨ ਦਾ ਯਤਨ ਕਰਦੇ ਹਨ ਉਹਨਾਂ ਦੀ ਸੰਤਾਨ ਪਿਤਾ ਵਾਲੇ ਗੁਣ ਧਾਰ ਨਹੀਂ ਕਰਦੀ ਕਮਜ਼ੋਰੀਆਂ ਅਪਣਾ ਲੈਂਦੀ ਹੈ ਆਪਣੇ ਬੱਚਿਆਂ ਦੇ ਦੋਸਤ ਬਣਨ ਦੀ ਪਿਤਾ ਦੀ ਸੋਚ ਹੀ ਗਲਤ ਹੈ ਪਿਤਾ ਪੁੱਤਰ ਦੇ ਬਰਾਬਰ ਹੁੰਦਾ ਨਹੀਂ ਬਰਾਬਰ ਹੋਣ ਦਾ ਨਾਟਕ ਕਰਦਾ ਹੈ ਅਜਿਹਾ ਕਰਦਿਆਂ ਸਾਰੇ ਫੈਸਲੇ ਪਿਤਾ ਹੀ ਕਰੀ ਜਾਂਦਾ ਹੈ ਜਿਸ ਕਾਰਨ ਬੱਚਿਆਂ ਵਿੱਚ ਸਵੈ ਵਿਸ਼ਵਾਸ ਨਹੀਂ ਉਪਜਦਾ ਦੋਸਤ ਬਣਦਾ ਬਣਦਾ ਪਿਤਾ ਪਿਤਾ ਵੀ ਨਹੀਂ ਰਹਿੰਦਾ ਪਿਤਾ ਨੂੰ ਇੱਕ ਚੰਗਾ ਪਿਤਾ ਸਾਬਤ ਹੋਣਾ ਚਾਹੀਦਾ ਹੈ ਨਿਮਰ ਪਰ ਡ੍ਰਿੜ ਇਰਾਦੇ ਵਾਲਾ ਫੈਸਲੇ ਕਰਨ ਵਾਲਾ ਵਾਅਦਾ ਨਿਭਾਉਣ ਵਾਲਾ ਗੁਵਾਈ ਦੇਣ ਵਾਲਾ ਦੋਸਤੀ ਦਾ ਕਾਰਜ ਪੁੱਤਰਾਂ ਦੇ ਦੋਸਤਾਂ ਤੇ ਧੀਆਂ ਦੀਆਂ ਸਹੇਲੀਆਂ ਨੂੰ ਨਿਭਾਉਣ ਦੇਣਾ ਚਾਹੀਦਾ ਹੈ। ਤਨਵਾ। ਦ੍ਰਿੜਤਾ ਦੀ ਕਮੀ ਜਿੱਥੇ ਅਤੇ ਜਿਨ੍ਹਾਂ ਕਾਨੂੰਨਾਂ ਪਿੱਛੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਤਾਕਤ ਅਤੇ ਦ੍ਰਿੜਤਾ ਨਹੀਂ ਹੁੰਦੀ ਉੱਥੇ ਹਾਲਤ ਭਾਰਤ ਵਰਗੀ ਹੁੰਦੀ ਹੈ। ਰਾਸ਼ਟਰੀ ਤੇ ਅੰਤਰਰਾਸ਼ਟਰੀ ਸਮਝੌਤੇ ਲਾਗੂ ਹੀ ਨਹੀਂ ਹੁੰਦੇ ਇਕਰਾਰਨਾਮੇ ਰੁੱਲ ਜਾਂਦੇ ਹਨ ਕਈ ਬੈਂਕ ਤੋਂ ਕਰਜ਼ਾ ਲੈ ਕੇ ਵਾਪਸ ਨਹੀਂ ਕਰਦੇ ਨਜਾਇਜ਼ ਕਬਜ਼ੇ ਹੁੰਦੇ ਹਨ ਬਲਤਕਾਰ ਵਾਪਰਦੇ ਹਨ ਹਰ ਕੋਈ ਆਪਣੇ ਵਿਰੋਧੀ ਦਾ ਕਤਲ ਕਰਨ ਬਾਰੇ ਸੋਚਦਾ ਹੈ ਹਾਕਮ ਆਪ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਅੰਗ ਰੱਖਿਆ ਕਾਨੂੰਨ ਵਿੱਚ ਘਿਰੇ ਹਾਕਮ ਦੇਸ਼ ਤੇ ਸਮਾਜ ਦੀ ਅਸਲੀ ਸਥਿਤੀ ਤੋਂ ਜਾਣੂ ਹੀ ਨਹੀਂ ਹੁੰਦੇ ਪਰਿਵਰਤਨ ਕੋਈ ਨਹੀਂ ਵਾਪਰਦਾ ਭਾਸ਼ਣ ਅਤੇ ਐਲਾਨ ਬੇਸ਼ੁਮਾਰ ਹੁੰਦੇ ਹਨ ਧੰਨਵਾਦ ਸਹਿਯੋਗੀ ਵ데요 ਡਾਰਵਿਨ ਨੇ ਸਾਬਿਤ ਕੀਤਾ ਸੀ ਕਿ ਤਕੜਾ ਹੀ ਬਚੇਗਾ ਹੁਣ ਇਸ ਨੇਮ ਵਿੱਚ ਸੁਧਾਰ ਵਾਪਰਿਆ ਹੈ ਨਵਾਂ ਨੇਮ ਕਹਿੰਦਾ ਹੈ ਉਹ ਬਚੇਗਾ ਜੋ ਸਹਿਕਾਰੀ ਢੰਗ ਅਪਣਾਏਗਾ ਮੁਕਾਬਲਾ ਨਹੀਂ ਸਹਿਯੋਗ ਜਿੱਤੇਗਾ ਕਿਉਂਕਿ ਸਾਡੇ ਸਰੀਰ ਵਿੱਚ ਕੁਦਰਤ ਵਿੱਚ ਅਨੇਕਾਂ ਪ੍ਰਣਾਲੀਆਂ ਹਨ ਜਿਹੜੀਆਂ ਇੱਕ ਦੂਜੀ ਨੂੰ ਸਹਿਯੋਗ ਦਿੰਦੀਆਂ ਹਨ ਸਰੀਰ ਇਸ ਲਈ ਚੱਲਦਾ ਹੈ ਕਿਉਂਕਿ ਇਸ ਵਿੱਚ ਕਈ ਪ੍ਰਣਾਲੀਆਂ ਦੀ ਸਹਿ ਹੋਂਦ ਹੀ ਨਹੀਂ ਤਾਲਮੇਲ ਵੀ ਹੈ ਹੁਣ ਵੱਡੀਆਂ ਕੰਪਨੀਆਂ ਵੀ ਮੁਕਾਬਲੇ ਦੀ ਥਾਂ ਸਹਿਯੋਗੀ ਵਿਧੀ ਅਪਣਾਉਣ ਲੱਗ ਪਈਆਂ ਹਨ ਧੰਨਵਾਦ ਹੱਦ ਤੱਕ ਕੋਈ ਇੱਕ ਹੱਦ ਤੱਕ ਹੀ ਪ੍ਰਸਿੱਧ ਹੋ ਸਕਦਾ ਹੈ ਫਿਰ ਉਹ ਬਦਨਾਮ ਹੋਣ ਲੱਗ ਪੈਂਦਾ ਹੈ ਕੋਈ ਇੱਕ ਹੱਦ ਤੱਕ ਹੀ ਸਫਲ ਹੋ ਸਕਦਾ ਹੈ ਫਿਰ ਉਸ ਦੀਆਂ ਸਫਲਤਾਵਾਂ ਦਾ سلسلہ ਆਰੰਭ ਹੋ ਜਾਂਦਾ ਹੈ ਕੋਈ ਇੱਕ ਹੱਦ ਤੱਕ ਹੀ ਸ਼ਿੰਗਾਰ ਕਰ ਸਕਦਾ ਹੈ ਫਿਰ ਸ਼ਿੰਗਾਰ ਕੋਝ ਬਣ ਜਾਂਦਾ ਹੈ ਕੋਈ ਇੱਕ ਹੱਦ ਤੱਕ ਹੀ ਪਿਆਰ ਕਰ ਸਕਦਾ ਹੈ ਫਿਰ ਉਸ ਦੀ ਵਫਾਦਾਰੀ ਸ਼ੱਕੀ ਹੋ ਜਾਂਦੀ ਹੈ हद ਨੂੰ ਪਛਾਨਣਾ ਤੇ ਹੱਦ ਵਿੱਚ ਰਹਿਣਾ ਯੋਗਤਾ ਤੋਂ ਬਿਨਾ ਸੰਭਵ ਨਹੀਂ ਹੁੰਦਾ ਧੰਨਵਾਦ ਕੈਸਾ ਹੈ ਬੋਲਬਾਣੀ ਦੱਸ ਦਿੰਦੀ ਹੈ ਇਨਸਾਨ ਕੈਸਾ ਹੈ ਬਹਿਸ ਦੱਸ ਦਿੰਦੀ ਹੈ ਗਿਆਨ ਕੈਸਾ ਹੈ ਕਮੰਡ ਤੋਂ ਪਤਾ ਲੱਗ ਜਾਂਦਾ ਹੈ ਕਿ ਪੈਸਾ ਕਿੰਨਾ ਹੈ ਸੰਸਕਾਰ ਦੱਸਿੰਦੇ ਹਨ ਕਿ ਪਰਿਵਾਰ ਕੈਸਾ ਹੈ ਤਨਵਾ ਨਕਸ਼ਾ ਨਵੀਸੀ ਕਈ ਨਕਸ਼ਾ ਨਵੀਸੀ ਨੂੰ ਕਾਗਜ਼ ਤੇ ਲਿਖਾਵਣਾ ਹੀ ਸਮਝਦੇ ਹਨ ਪਹਿਲਾ ਨਕਸ਼ਾ ਨਵੀਸੀ ਭਵਨ ਉਸਾਰੀ ਲਈ ਹੁੰਦੀ ਸੀ ਹੁਣ ਹਰੇਕ ਚੀਜ਼ ਦੇ ਨਿਰਮਾਣ ਵਿੱਚ ਨਕਸ਼ਾ ਬਣਾਉਣ ਦੀ ਲੋੜ ਪੈਂਦੀ ਹੈ ਨਕਸ਼ਾ ਨਵੀਸੀ ਭਵਨ ਨਿਰਮਾਣ ਕਲਾ ਦਾ ਪਹਿਲਾ ਪੜਾਅ ਹੁੰਦੀ ਹੈ ਹੁਣ ਕੰਧਾਂ, ਛੱਤਾਂ, ਫਰਸ਼ਾਂ, ਬਿਜਲੀ, ਪਾਣੀ ਦੀਆਂ ਪਾਈਪਾਂ, ਬੂਹੇ-ਬਾਰੀਆਂ ਹਰ ਚੀਜ਼ ਦੇ ਨਕਸ਼ੇ ਬਣਦੇ ਹਨ। ਨਕਸ਼ੇ ਰਹੀਂ ਦੱਸਿਆ ਜਾਂਦਾ ਹੈ ਕਿ ਭਵਨ ਬਣ ਕੇ ਕਿਵੇਂ ਲੱਗੇਗਾ। ਪਾਸੇ ਤੋਂ ਵੇਖਿਆਂ ਕਿ ਉਹ ਜਿਹਾ ਲੱਗੇਗਾ। ਨਕਸ਼ਾ ਬਣਾਉਣ ਤੋਂ ਪਹਿਲਾਂ ਨਕਸ਼ਾ ਨਵੀਸ ਨੇ ਜਾਣਣਾ ਹੁੰਦਾ ਹੈ ਕਿ ਮਾਲਕ ਦੀਆਂ ਇੱਛਾਵਾਂ ਕੀ ਹਨ। ਬਜਟ ਕਿੰਨਾ ਹੈ? ਭਵਨ ਨੂੰ ਵਰਤਨਾ ਕਿਨਾਂ ਨੇ? ਬਣਾਉਣ ਲਈ ਸਮਗਰੀ ਕੀ ਹੈ ਜ਼ਮੀਨ ਕਿਉਂ ਜਈ ਹੈ ਪੌਣ ਪਾਣੀ ਕਿਉਂ ਜਿਆ ਹੈ ਰਾਜਸੀ ਆਰਥਿਕ ਸਥਿਤੀ ਕੈਸੀ ਹੈ ਰੁਕਾਵਟਾਂ ਦਖਲ ਵਿਗਨ ਦਬਾਅ ਤਣਾਅ ਵਸੀਲੇ ਸੰਭਾਵਨਾਵਾਂ ਸੀਮਾਵਾਂ ਆਦਕੀ ਹਨ ਕਿੰਨੇ ਹੀ ਪੱਖ ਹੁੰਦੇ ਹਨ ਜਿਨ੍ਹਾਂ ਦੇ ਨਕਸ਼ਾ ਬਣਾਉਣ ਸਮੇ ਲੋੜ ਪੈਂਦੀ ਹੈ ਡਾਕਟਰ ਡਾਕਟਰ ਬਣਨ ਦੌਰਾਨ ਸਰੀਰ ਦਾ ਨਕਸ਼ਾ ਸਮਝਦਾ ਹੈ ਚੰਡੀਗੜ੍ਹ ਦੇ ਨਿਰਮਾਤਾ ਨੇ ਨਕਸ਼ਾ ਨਾਲ ਪੂਰਾ ਸ਼ਹਿਰ ਉਸਾਰ ਦਿੱਤਾ ਸੀ ਧੰਨਵਾਦ ਲੰਮੀ ਉਮਰ ਦੀ ਕਾਮਨਾ ਕਿਸੇ ਦੀ ਲੰਮੀ ਉਮਰ ਦੀ ਕਾਮਨਾ ਕਰਨ ਦਾ ਰਿਵਾਜ ਉਦੋਂ ਪਿਆ ਜਦੋਂ ਬੱਚੇ ਬਚਪਨ ਵਿੱਚ ਹੀ ਮਰ ਜਾਂਦੇ ਸਨ ਮੌਤ ਮਗਰੋਂ ਹੋਰਾਂ ਵੱਲੋਂ ਯਾਦ ਕੀਤੀ ਜਾਣ ਦੀ ਤਾਂਗ ਵੀ ਵਿਸ਼ਵ ਵਿਆਪੀ ਵਰਤਾ ਰਹਾ ਹੈ ਇਹ ਇੱਛਾ ਵੀ ਜਿਉਂਦੇ ਰਹਿਣ ਦੀ ਤਾਂਗ ਦਾ ਹੀ ਬਦਲਿਆ ਰੂਪ ਹੈ ਇਸ ਕਰੰਹ ਹੀ ਲੋਕ ਆਪਣੇ ਇਰਾਦੇ ਉੱਚੇ ਰੱਖਦੇ ਹਨ ਕੁਰਬਾਨੀਆਂ ਵਾਲੇ ਕਾਰਜ ਕਰਦੇ ਹਨ ਜਦੋਂ ਸਦਾ ਜਿਉਂਦੇ ਰਹਿਣਾ ਸੰਭਵ ਨਹੀਂ ਰਹਿੰਦਾ ਉਦੋਂ ਯਾਦ ਕੀਤੇ ਜਾਣ ਤੇ ਯਾਦ ਰੱਖੇ ਜਾਣ ਦੀ ਸੰਭਾਵਨਾ ਬੜਾ ਤਰਵਾਸ ਦਿੰਦੀ ਹੈ ਸੰਤਾਨ ਪ੍ਰਾਪਤੀ ਦੀ ਇੱਛਾ ਵੀ ਇਸੇ ਉਦੇਸ਼ ਅਧੀਨ ਹੁੰਦੀ ਹੈ ਸੰਤਾਨ ਸਾਡਾ ਹੀ ਰੂਪ ਹੁੰਦੀ ਹੈ ਜਿਸ ਰਹੀਂ ਅਸੀਂ ਮਰ ਕੇ ਵੀ ਜਿਉਂਦੇ ਰਹਿੰਦੇ ਹਾਂ ਚિતਰਕਾਰ ਦੀ ਮਿਹਨਤ ਮੋਨਾਲੀਜ਼ਾ ਵਾਲਾ ਵਿਸ਼ ਪ੍ਰਸਿੱਧ ਚિતਰਕਾਰ ਲਿਓਨਾਰਡੋ ਆਪਣੇ ਪਿਤਾ ਦੇ ਕਿਸੇ ਔਰਤ ਨਾਲ ਸਬੰਧਾਂ ਤੋਂ ਪੈਦਾ ਹੋਈ ਨਜਾਇਜ਼ اولاد ਸੀ ਜਿਸ ਕਾਰਨ ਉਹ ਕਿਸੇ ਵਿਦਿਅਕ ਸੰਸਥਾ ਵਿੱਚ ਦਾਖਲ ਨਹੀਂ ਸੀ ਹੋ ਸਕਦਾ ਪਿਤਾ ਅਰਜ਼ੀ ਨਵੀਸ ਹੋਣ ਕਰਕੇ ਬਾਹਰ ਅਦਾਲਤਾਂ ਵਿੱਚ ਹੁੰਦਾ ਸੀ ਜਿਸ ਕਾਰਨ লিওਨਾਰਦੋ ਨੇ ਆਪਣਾ ਬਚਪਨ ਨੇੜਲੇ ਪਿੰਡਾਂ ਜੰਗਲਾਂ ਵਿੱਚ ਪਸ਼ੂਆਂ ਪੰਛੀਆਂ ਫਲਾਂ ਫੁੱਲਾਂ ਦਰਖਤਾਂ ਪਹਾੜਾਂ ਚਰਨੀਆਂ ਦੀ ਦੁਨੀਆ 'ਚ گزارਿਆ ਪਿਤਾ ਦੇ ਅਰਜ਼ੀ ਨਵੀਸ ਹੋਣ ਕਾਰਨ ਘਰ ਵਿੱਚ ਰੰਗ-ਬਰੰਗੇ ਕਾਗਜ਼ ਤੇ ਪੈਨਸਿਲਾਂ ਆਮ ਸਨ ਉਹ ਜੋ ਕੁਝ ਵੇਖਦਾ ਉਸ ਨੂੰ ਕਾਗਜ਼ ਤੇ ਉਕਰਨ ਲੱਗ ਪੈਂਦਾ ਸੀ ਫੁੱਲਾਂ ਨੂੰ ਚਿੱਤਰ ਦਿਆਂ ਰੰਗਾਂ ਪੱਤੀਆਂ ਦੇ ਸੂਖਮ ਵੇਰਵਿਆਂ ਵਿੱਚ ਉਸਦੀ ਵਿਸ਼ੇਸ਼ ਦਿਲਚਸਪੀ ਸੀ ਕਿਸੇ ਪੰਛੀ ਦਾ ਨਕਸ਼ਤਰਣ ਤੋਂ ਪਹਿਲਾਂ ਉਹ ਕਈ ਨਕ ਬਣਾਉਂਦਾ ਸੀ ਉਹ ਵਿਅਕਤੀਆਂ ਦੇ ਨੈਣ ਨਕਸ਼ਾ ਤੋਂ ਉਹਨਾਂ ਦੀ ਮਾਨਸਿਕ ਹਾਲਤ ਉਭਾਰਦਾ ਸੀ ਮਿੱਟੀ ਦੇ ਪੁਰਸ਼ ਇਸਤਰੀਆਂ ਬਣਾ ਕੇ ਉਹਨਾਂ ਉੱਤੇ ਕੱਪੜੇ ਪਾ ਕੇ ਉਹ ਸਿਲਵਟਾਂ ਚਿੱਤਰਦਾ ਸੀ ਉਸਦੀ ਨਿੱਕੇ ਨਿੱਕੇ ਬਰੀਕ ਸੂਖਮ ਵੇਰਵੇ ਤੇ ਚਿੱਤਰਣ ਦੀ ਮੁਹਾਰਤ ਨੂੰ ਵੇਖ ਕੇ ਪਿਤਾ ਨੇ ਉਸ ਨੂੰ ਕਲਾ ਦੇ ਕੇਂਦਰ ਫਲੋਰੈਂਸ ਵਿੱਚ ਇੱਕ ਉਸਤਾਦ ਚਿੱਤਰਕਾਰ ਦਾ ਸ਼ਾਗਿਰਦ ਬਣਵਾ ਦਿੱਤਾ। ਉਹ ਮਨੁੱਖ ਦਾ ਚਿਹਰਾ ਅੰਦਰੋਂ ਚਿੱਤਰਦਾ ਸੀ। ਤੁਰਦੇ ਬੰਦੇ ਦਾ ਚਿਹਰਾ ਬੈਠੇ ਬੰਦੇ ਦੇ ਚਿਹਰੇ ਨਾਲੋਂ ਵੱਖਰਾ ਹੁੰਦਾ ਹੈ। ਉਹ ਇਸ ਵੱਖਰੇਵੇਂ ਨੂੰ ਚਿੱਤਰਣ ਦਾ ਮਾਹਿਰ ਸੀ। ਉਹ ਬਾਜ਼ਾਰ ਦੀ ਨੁੱਕਰ ਵਿੱਚ ਬਹਿ ਕੇ ਆ ਜਾ ਰਹੇ ਲੋਕਾਂ ਦੇ ਚਿਹਰੇ ਨਿਹਾਰਦਾ ਸੀ ਤੇ ਕੁਝ ਲਕੀਰਾਂ ਨਾਲ ਹੀ ਉਹਨਾਂ ਦੇ ਚਿਹਰੇ ਫੜ ਲੈਂਦਾ ਸੀ। ਤੇ ਕਰ ਜਾ ਕੇ ਵੇਰਵੇ ਤੇ ਰੰਗ ਪਰਦਾ ਸੀ ਕੋਈ ਐਵੇਂ ਹੀ ਵਿਸ਼ ਪ੍ਰਸਿੱਧੀ ਪ੍ਰਾਪਤ ਨਹੀਂ ਕਰ ਲੈਂਦਾ ਧੰਨਵਾਦ ਮਰਜ਼ੀ ਤੇ ਕਰਤਵ ਮਰਜ਼ੀ ਤੇ ਕਰਤਵ ਵਿੱਚ ਸਪਸ਼ਟ ਅੰਤਰ ਹੁੰਦਾ ਹੈ ਮਰਜ਼ੀ ਵਾਲਾ ਕਾਰਜ ਜਦੋਂ ਚਾਹੀਏ ਉਦੋਂ ਕੀਤਾ ਜਾ ਸਕਦਾ ਹੈ ਨਾ ਚਾਹੀਏ ਤਾਂ ਕਰਨ ਦੀ ਮਜਬੂਰੀ ਨਹੀਂ ਹੁੰਦੀ ਪਰ ਕਰਤਵ ਦਾ ਕੀਤਾ ਜਾਣਾ ਲਾਜ਼ਮੀ ਹੁੰਦਾ ਹੈ ਦਿਲ ਕਰੇ ਨਾ ਕਰੇ ਉਹ ਕੀਤਾ ਜਾਂਦਾ ਹੈ ਨਾ ਬਹਾਨਾ ਲਾਇਆ ਜਾਂਦਾ ਨਾ ਸੁਣਿਆ ਜਾਂਦਾ ਕਰਤਵ ਪਾਲਣ ਦੀ ਪ੍ਰਸ਼ੰਸਾ ਨਹੀਂ ਹੁੰਦੀ ਨਾ ਪਾਲਣ ਦੀ ਨਿੰਦਾ ਹੋਏਗੀ ਸਫਲ ਵਿਅਕਤੀ ਮਰਜ਼ੀ ਨੂੰ ਵੀ ਕਰਤਵ ਬਣਾ ਲੈਂਦੇ ਹਨ ਅਸਫਲ ਵਿਅਕਤੀ ਕਰਤਵ ਨੂੰ ਵੀ ਮਰਜ਼ੀ ਸਮਝ ਲੈਂਦੇ ਹਨ ਧੰਨਵਾਦ ਮੌਕਾ ਵੇਖਣ ਦੀ ਲੋੜ ਹੁੰਦੀ ਹੈ ਅਫਸਰ ਸਾਹਮਣੇ ਹੁੰਦਾ ਹੈ ਦੇਸ਼ਵੰਡ ਉਪਰੰਤ ਸ਼ਰਨਾਰਥੀ ਕੈਂਪ ਵਿੱਚ ਰਹਿੰਦੇ ਇੱਕ ਵਿਅਕਤੀ ਨੇ ਵੇਖਿਆ ਕਿ ਸ਼ਰਨਾਰਥੀਆਂ ਕੋਲ ਆਟਾ ਦਾਲ ਆਦ ਰੱਖਣ ਲਈ ਟੱਕਣ ਵਾਲਾ ਕੋਈ ਭਾਂਡਾ ਡੱਬਾ ਨਹੀਂ ਸੀ ਉਹਨੇ ਕਿਉ ਦੇ ਖਾਲੀ ਪੀਪਿਆਂ ਪੀਪਿਆਂ ਨੂੰ ਟੱਕਣ ਲਾਉਣ ਦਾ ਕੰਮ ਰੰਭਿਆ ਤੇ ਇਸੇ ਕੰਮ ਨਾਲ ਕਾਮਯਾਬ ਵਪਾਰੀ ਬਣ ਗਿਆ ਜਿਸ ਵਪਾਰ ਵਿੱਚ ਲੋਕਾਂ ਦੀ ਕੋਈ ਲੋੜ ਪੂਰੀ ਹੁੰਦੀ ਹੋਵੇ ਉਹ ਸਫਲ ਹੀ ਹੁੰਦਾ ਹੈ ਧੰਨਵਾਦ ਵੱਖਰੇ ਕਾਨੂੰਨ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਵਿੱਚ ਰਜਵਾੜਿਆਂ ਕਰਮਚਾਰੀਆਂ ਤੇ ਸਧਾਰਨ ਲੋਕਾਂ ਲਈ ਅਦਾਲਤਾਂ ਹੀ ਨਹੀਂ ਕਾਨੂੰਨ ਵੀ ਵੱਖਰੇ ਹੁੰਦੇ ਸਨ ਭਾਰਤ ਵਿੱਚ ਵੀ ਮੁਗਲਾਂ ਦੇ ਜ਼ਮਾਨੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਲਈ ਕਾਨੂੰਨ ਵੱਖਰੇ ਸਨ ਮੁਗਲਾਂ ਤੋਂ ਪਹਿਲਾਂ ਕਾਨੂੰਨ ਜਾਤ ਆਧਾਰਿਤ ਸਨ ਜੇ ਬ੍ਰਾਹਮਣ ਕਿਸੇ ਸ਼ੂਦਰ ਦਾ ਕਤਲ ਕਰਦਾ ਸੀ ਤਾਂ ਬ੍ਰਾਹਮਣ ਨੂੰ ਸਜ਼ਾ ਨਹੀਂ ਸੀ ਹੁੰਦੀ ਜੇ ਕੋਈ ਬ੍ਰਾਹਮਣ ਕਿਸੇ ਨੀਵੀਂ ਜਾਤ ਦੀ ਔਰਤ ਨਾਲ ਸਬੰਧ ਬਣਾਉਂਦਾ ਸੀ ਤਾਂ ਸਜ਼ਾ ਔਰਤ ਨੂੰ ਹੁੰਦੀ ਸੀ ਧੰਨਵਾਦ ਜਰਨੈਲੀ ਸੜਕ ਸੜਕਾਂ ਕਿਉਂ ਬਣਾ ਰਹੇ ਹੋ ਢੋਣ ਵਾਲੀ ਕੋਈ ਚੀਜ਼ ਤਾਂ ਹੈ ਨਹੀਂ ਕੋਈ ਚੀਜ਼ ਕਿਵੇਂ ਬਣਾਈਏ ਢੋਆ ਟੁਆਈ ਲਈ ਕੋਈ ਸੜਕ ਤਾਂ ਹੈ ਨਹੀਂ ਜਦੋਂ ਇੱਕ ਗੱਲ ਕਰੋਗੇ ਦੂਜੀ ਗੱਲ ਤੀਜੀ ਗੱਲ ਫਿਰ ਚੌਥੀ ਗੱਲ ਆਪੇ ਵਾਪਰਨ ਲੱਗ ਪਏਗੀ ਸੜਕ ਬਣेंगी ਢੋਆ ਟੁਆਈ ਆਪੇ ਆਰੰਭ ਹੋ ਜਾਏਗੀ ਗੋਦਾਮ ਬਣ ਜਾਣਗੇ ਢਾਬੇ ਖੁੱਲ ਜਾਣਗੇ ਬੈਂਕ ਆ ਜਾਣਗੇ ਆਬਾਦੀ ਹੋ ਜਾਏਗੀ ਬਾਜ਼ਾਰ ਬਣ ਜਾਏਗਾ ਰੋਜ਼ਗਾਰ ਉਪਜ ਪੈਣਗੇ ਤਾਮਿਲਨਾਡੂ ਵਿੱਚ ਇੱਕ ਲੰਮੀ ਜਰਨੈਲੀ ਸੜਕ ਨੇ ਪਛੜੇ ਹੋਏ ਤਾਮਿਲਨਾਡੂ ਵਿੱਚ ਖੁਸ਼ਹਾਲੀ ਲਿਆ ਕੇ ਤਾਮਿਲਨਾਡੂ ਨੂੰ ਸਭ ਤੋਂ ਵਧੀਰੇ ਸ਼ਹਿਰੀ ਰਾਜ ਬਣਾ ਦਿੱਤਾ ਹੈ। ਧੰਨਵਾਦ ਸੰਤਾਨ ਤੇ ਮਾਪੇ। ਮਾਪਿਆਂ ਲਈ ਇਹ ਜਾਨਣਾ ਜ਼ਰੂਰੀ ਹੁੰਦਾ ਹੈ ਕਿ ਵਕਤ ਬਦਲ ਜਾਂਦਾ ਹੈ। ਵਕਤ ਦੇ ਬਦਲਣ ਨਾਲ ਚੀਜ਼ਾਂ-ਵਸਤਾਂ ਤੇ ਤਰਜੀਹਾਂ ਬਦਲ ਜਾਂਦੀਆਂ ਹਨ। ਮਾਪਿਆਂ ਨੂੰ ਆਪਣੇ ਜ਼ਮਾਨੇ ਦੇ ਅਸੂਲ ਭਾਵੇਂ ਉਸ ਸੁਨਹਿਰੀ ਅਸੂਲ ਹੀ ਹੋਣ ਬੱਚਿਆਂ ਤੇ ਠੋਸਣੇ ਨਹੀਂ ਚਾਹੀਦੇ ਬੱਚਿਆਂ ਨੂੰ ਅੱਜ ਦੇ ਸਮੇਂ ਦੇ ਬੱਚੇ ਅਤੇ ਵਰਤਮਾਨ ਦੇ ਨਾਗਰਿਕ ਬਣਨ ਦੇਣਾ ਚਾਹੀਦਾ ਹੈ ਇਹ ਜ਼िद ਨਹੀਂ ਕਰਨੀ ਚਾਹੀਦੀ ਕਿ ਸਾਡੇ ਬੱਚੇ ਸਾਡੇ ਵਰਗੇ ਹੋਣ ਸਾਡੇ ਵਾਂਗ ਪੜ੍ਹਾਈ ਕਰਨ ਸਾਡੇ ਵਾਲਾ ਕੀਤਾ ਅਪਣਾਉਣ ਸਾਡੇ ਵਾਂਗ ਕਮਾਉਣ ਤੇ ਸਾਡੇ ਵਾਂਗ ਖਰਚਣ ਅਤੇ ਸਾਡੇ ਵਾਂਗ ਵਰਤੋਂ ਵਿਹਾਰ ਕਰਨ ਸੰਤਾਨ ਨੂੰ 25 ਸਾਲ ਦੀ ਉਮਰ ਉਪਰੰਤ ਨਾ ਸਾਡੀ ਨਿਗਰਾਨੀ ਦੀ ਲੋੜ ਹੁੰਦੀ ਹੈ ਤੇ ਨਾ ਹੀ ਸਾਡੇ ਵਿੱਚ ਉਹਨਾਂ ਦੇ ਆਗੂ ਬਣਨ ਦੀ ਯੋਗਤਾ ਹੁੰਦੀ ਹੈ ਜੇ ਉਹ ਸਲਾਹ ਪੁੱਛਦੇ ਹਨ ਤਾਂ ਆਪਣੇ ਧੰਨ ਭਾਗ ਸਮਝੋ ਜੇ ਨਹੀਂ ਪੁੱਛਦੇ ਤਾਂ ਮਾਣ ਕਰੋ ਕਿ ਉਹ ਆਪਣੇ ਫੈਸਲੇ ਆਪ ਕਰਨ ਦੇ ਯੋਗ ਹਨ ਆਪਣੇ ਨਫੇ ਨੁਕਸਾਨ ਦੇ ਆਪ ਜ਼ਿੰਮੇਵਾਰ ਹਨ ਧੰਨਵਾਦ ਮਿਹਨਤ ਮਾਈਕਲ ਐਂਜਲੋ ਹੈ ਮੂਰਤੀਕਾਰ ਸੀ ਪਰ ਉਸਨੇ ਆਪਣੇ ਸਮਿਆਂ ਵਿੱਚ ਉਹ ਸਾਰੇ ਸਭ ਤੋਂ ਸ਼ਾਹਾਨਾ ਪੋਪ ਦੇ ਗਿਰਜੇ ਦੀ ਲਗਭਗ 6000 ਫੁੱਟ ਛੱਤ ਤੇ ਬਾਈਬਲ ਵਿਚਲੀਆਂ ਕਥਾਵਾਂ ਨੂੰ ਚਿੱਤਰ ਕੇ ਸাকার ਕੀਤਾ ਉਸਨੇ ਕਥਾਵਾਂ ਇੰਨੇ ਪੱਕੇ ਤੇ ਸਜੀਵ ਰੰਗਾਂ ਚ ਚਿੱਤਰੀਆਂ ਸਨ ਕਿ ਸਦੀਆਂ ਮਗਰੋਂ ਵੀ ਉਹਦੇ ਚਿੱਤਰ ਨਵੇਂ ਲੱਗਦੇ ਸਨ ਉਸਨੇ ਫਰਸ਼ ਤੋਂ ਲਗਭਗ 200 ਫੁੱਟ ਉੱਚੇ ਪੌੜੀਆਂ ਦੇ ਢਾਂਚੇ ਦੇਖ ਲੋਕੇ ਗਰਦਨ ਉੱਪਰ ਵੱਲ ਕਰਕੇ ਛੱਤ ਨੂੰ ਚਿਤਰਿਆ ਸੀ ਇਸ ਕਾਰਜ ਵਿੱਚ ਸਾਲਾਂ ਭਰ ਅੱਖਾਂ ਵਿੱਚ ਰੋਗਣ ਡਿੱਗਦੇ ਰਹਿਣ ਕਾਰਨ ਉਹ ਲਗਭਗ ਅੰਨ ਹੋ ਗਿਆ ਸੀ ਧੰਨਵਾਦ ਧਰਮ ਦੀ ਮਹਾਨਤਾ ਬਹੁਤੇ ਧਰਮ ਨਿਰਾਸ਼ਾਵਾਦੀ ਹਨ ਇਸਲਾਮ ਤਾਂ ਹੇ ਸੋਗ ਦਾ ਧਰਮ ਇਸਲਾਮ ਦੀਆਂ ਸਾਰੀਆਂ ਪ੍ਰਸਿੱਧ ਇਮਾਰਤਾਂ ਮਕਬਰੇ ਹਨ ਭਾਰਤ ਦੇ ਧਰਮ ਤਿਹਾਰ ਤੇ ਫਲਸਫੇ ਆਸ਼ਾਵਾਦੀ ਹਨ ਤੇ ਜਸ਼ਨ ਹਨ ਇਥੇ ਸ਼ਹੀਦੀਆਂ ਵੀ ਬਲੀਦਾਨ ਵੀ ਬਨਵਾਸ ਵੀ ਤੱਤੀਆਂ ਤਵੀਆਂ ਵੀ ਚਾਂਦਨੀ ਚੌਕ ਵੀ ਸਰਹੰਦ ਦੀਆਂ ਨੀਹਾਂ ਵੀ ਚਮਕੌਰ ਦੀਆਂ ਗੜੀਆਂ ਵੀ ਫਾਂਸੀ ਦੇ ਤਖਤੇ ਵੀ ਸੋਗ ਨਹੀਂ ਉਤਸ਼ਾਹ ਨਾਲ ਯਾਦ ਕੀਤੇ ਜਾਂਦੇ ਹਨ ਛਬੀਲਾ ਲਾਈਆਂ ਜਾਂਦੀਆਂ ਹਨ ਲੰਗਰ ਵਰਤਾਏ ਜਾਂਦੇ ਹਨ ਗੱਲ ਬਕੜੀਆਂ ਪਾਈਆਂ ਜਾਂਦੀਆਂ ਹਨ ਜੈਕਾਰੇ ਗੂੰਜਾਏ ਜਾਂਦੇ ਹਨ ਧੰਨਵਾਦ ਸੋਧ ਜੇ ਕੋਈ ਵਿਗਿਆਨੀ ਕਿਸੇ ਵਿਗਿਆਨਕ ਘੜਤ ਜਾਂ ਸਿਧਾਂਤ ਲਈ ਪ੍ਰਸਿੱਧ ਹੋ ਜਾਏ ਤੇ ਅਗਲੇਰੀ ਖੋਜ ਵਿੱਚ ਕਿਸੇ ਪਰਖ ਰਹੀ ਜਾਣ ਜਾਏ ਕਿ ਉਹ ਦੇ ਸਿਧਾਂਤ ਵਿੱਚ ਦੋਸ਼ ਜਾਂ ਨੁਕਸ ਹੈ ਤਾਂ ਇਸ ਬਾਰੇ ਉਹ ਆਪ ਦੱਸਦਾ ਹੈ ਜਿਸ ਕਾਰਨ ਉਸ ਦੀ ਪ੍ਰਸ਼ੰਸਾ ਹੁੰਦੀ ਹੈ ਜੇ ਉਹ ਨਹੀਂ ਦੱਸਦਾ ਤਾਂ ਕੋਈ ਹੋਰ ਦੱਸ ਦਏਗਾ ਨਿੰਦਾ ਹੋਏਗੀ ਵਿਗਿਆਨ ਵਿੱਚ ਗਲਤ ਉੱਤਰ ਦੇਣ ਨਾਲ ਇਹ ਕਹਿਣਾ ਵਧੇਰੇ ਸਨਮਾਨਯੋਗ ਹੁੰਦਾ ਹੈ ਕਿ ਮੈਨੂੰ ਪਤਾ ਨਹੀਂ ਕਿਉਂਕਿ ਗਲਤ ਉੱਤਰ ਨਹੀਂ ਗਲਤ ਸਾਬਤ ਹੋਈ ਜਾਣਾ ਹੁੰਦਾ ਈਵੇਂ ਹੋਣਾ ਕਰਨਾ ਵਿਗਿਆਨੀ ਤੇ ਵਿਗਿਆਨ ਦੀ ਸ਼ਕਤੀ ਹੈ ਪਰ ਧਰਮ ਗ੍ਰੰਥ ਕਿਸੇ ਸੋਧ ਨੂੰ ਪਰਵਾਹ ਨਹੀਂ ਕਰਦੇ ਧੰਨਵਾਦ ਉਦਾਸੀ ਹਰੇਕ ਉਦਾਸੀ ਵੱਖਰੀ ਕਿਸਮ ਦਾ ਰੋਗ ਹੁੰਦੀ ਹੈ ਇਸ ਦੌਰਾਨ ਵਿਅਕਤੀ ਇਕੱਲਾ ਮਹਿਸੂਸ ਕਰਦਾ ਹੈ ਉਸ ਦਾ ਕਿਸੇ ਨਾਲ ਬੋਲਣ ਕਿਸੇ ਦਿਰੇ ਜਾਣ ਕੁਝ ਕਰਨ ਕੁਝ ਖਾਣ ਨੂੰ ਮਨ ਨਹੀਂ ਕਰਦਾ ਕਿਸੇ ਦਾ ਸਾਥ ਮੰਨਣ ਜਾਂ ਕਿਸੇ ਦੇ ਸਾਥ ਨੂੰ ਬਣਾਉਣ ਦੀ ਇੱਛਾ ਨਹੀਂ ਹੁੰਦੀ ਉਹ ਆਲੇ ਦੁਆਲੇ ਨੂੰ ਵੇਖਦਾ ਜ਼ਰੂਰ ਹੈ ਪਰ ਉਸ ਨੂੰ ਦਿਸਦਾ ਕੁਝ ਨਹੀਂ ਉਹ ਦਾਸੀ ਆਪਣੀ ਮਿਆਦ ਪੂਰੀ ਕਰਕੇ ਹੀ ਮੁੱਕਦੀ ਹੈ ਧੰਨਵਾਦ ਰੁਦਾਲੀਆਂ ਦੇਸ਼ ਤੇ ਆਜ਼ਾਦ ਹੁੰਦੋਂ ਤੱਕ ਲਈ ਸਮੀ ਵਿੱਚ ਬਿਹਾਰ ਬੰਗਾਲ ਉੱਤਰ ਪ੍ਰਦੇਸ਼ ਤੇ ਕਈ ਹੋਰ ਰਾਜਾਂ ਵਿੱਚ ਜਦੋਂ ਕੋਈ ਜਾਗੀਰਦਾਰ ਜਾਂ ਪਤਵੰਤਾ ਵਿਅਕਤੀ ਮਰਦਾ ਸੀ ਤਾਂ ਰੋਣ ਤੇ ਵਿਰਲਾਪ ਕਰਨ ਲਈ ਸਿਆਪਾ ਕਰਨ ਤੇ ਵਹਿਣ ਪਾਉਣ ਲਈ ਮਹਾਰ ਇਸਤਰੀਆਂ ਨੂੰ ਬੁਲਾਇਆ ਜਾਂਦਾ ਸੀ ਬਿਹਾਰ ਬੰਗਾਲ ਵਿੱਚ ਇਹਨਾਂ ਨੂੰ ਰੁਦਾਲੀਆਂ ਕਿਹਾ ਜਾਂਦਾ ਸੀ ਇਹ ਮੈਂ ਤਾਂ ਨਾਂ ਲੈ ਕੇ ਮਾਲਕਣ ਦੇ ਚਾਹੇ ਅਨੁਸਾਰ ਮਾਤਮ ਕਰਦੀਆਂ ਸਨ ਇਹ ਜਿੰਨਾ ਵਧੇਰੇ ਰੁਦਨ ਕਰਦੀਆਂ ਸਨ ਮਰਨ ਵਾਲੇ ਦਾ ਉਹਨਾਂ ਜਸ ਵਧਦਾ ਸੀ ਮਹਿਨਤਾਂ ਦਾ ਨਿਰਧਾਰਤ ਕਰਨ ਸਮੇ ਮਾਲਕਣਾ ਅਕਸਰ ਕਹਿੰਦੀਆਂ ਸਨ ਕਿ ਮਾਤਮ ਜਿਆ ਕਰਨਾ ਹੈ ਕਿ ਲੋਕ 50 ਸਾਲ ਯਾਦ ਰੱਖਣ ਇਹ ਰੁਦਾਲੀਆਂ ਜਾਂਦੀਆਂ ਤਾਂ ਰੋਣ ਪਟਣ ਸਨ ਪਰ ਮੁੜਦਿਆਂ ਇਹ ਹੱਸਦੀਆਂ ਖੇਡਦੀਆਂ ਆਉਂਦੀਆਂ ਸਨ ਧੰਨਵਾਦ ਸਾਧਵੀਆਂ ਮਤਲਬ ਯੂਰਪ ਵਿੱਚ ਜਿਹੜੀਆਂ ਇਸਤਰੀਆਂ ਪਿਆਰ ਵਿੱਚ ਅਸਫਲ ਹੋ ਜਾਂਦੀਆਂ ਸਨ ਜਾਂ ਜਿਨ੍ਹਾਂ ਦੇ ਪ੍ਰੇਮੀ ਉਹਨਾਂ ਨੂੰ ਛੱਡ ਜਾਂਦੇ ਸਨ ਜਾਂ ਵਿਆਹ ਤੋਂ ਪਹਿਲਾਂ ਮਾਵਾਂ ਬਣ ਜਾਂਦੀਆਂ ਸਨ ਜਾਂ ਵਿਆਹ ਉਪਰੰਤ ਵਿਧਵਾ ਹੋ ਜਾਂਦੀਆਂ ਸਨ ਉਹ ਸਾਧਵੀਆਂ ਬਣ ਜਾਂਦੀਆਂ ਸਨ ਇਹ ਹੁੰਦੀ ਤਾਂ ਉਹਨਾਂ ਦੀ ਸਵੈ ਚਾਲਸੀ ਪਰ ਉਪਜਦੀ ਘੋਰ ਉਦਾਸੀ ਵਿੱਚੋਂ ਸੀ ਇਹ ਚੁੱਪ ਪੈਨ ਲੈਂਦੀਆਂ ਸਨ ਉਹ ਮੱਠਾਂ ਅੰਦਰ ਰਹਿ ਕੇ ਆਪਣਾ ਜੀਵਨ ਈਸਾ ਨੂੰ ਅਰਪਣ ਕਰ ਦਿੰਦੀਆਂ ਸਨ ਤੇ ਸਦੀਵੀ ਸੰन्यास ਧਾਰਨ ਕਰ ਲੈਂਦੀਆਂ ਸਨ ਧੰਨਵਾਦ ਪ੍ਰਸਿੱਧ ਵਿਅਕਤੀ ਕੋਈ ਪ੍ਰਸਿੱਧ ਫਿਲਮੀ ਅਦਾਕਾਰ ক্রিকেট ਖਿਡਾਰੀ ਆਦਿ ਰਾਜਨੀਤਿਕ ਇਕੱਠਾਂ ਧਾਰਮਿਕ ਸਥਾਨਾਂ ਤੇ ਪਛਾਣੀ ਜਾਣ ਲਈ ਹੀ ਜਾਂਦੀ ਹੈ ਇਵੇਂ ਹੀ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਤੇ ਛਾਪੀਆਂ ਜਾਂਦੀਆਂ ਹਨ ਉਹ ਪ੍ਰਸਿੱਧ ਹੋ ਕੇ ਵੀ ਸੰਤੁਸ਼ਟ ਨਹੀਂ ਹੁੰਦੇ ਉਹ ਹੋਰ ਖੇਤਰਾਂ ਤੇ ਵੀ ਛਾ ਜਾਣ ਦਾ ਯਤਨ ਕਰਦੇ ਹਨ ਉਹ ਅਜੀਬ ਅਜੀਬ ਪਹਿਰਾਵਿਆਂ ਤੇ ਸ਼ਕਲਾਂ ਨਾਲ ਹਰਮਨ ਪਿਆਰੇ ਬਣਨ ਦਾ ਯਤਨ ਕਰਦੇ ਆ ਬਹੁਤ ਅਧਿਕ ਦਿਖਾਈ ਦੇਣ ਕਾਰਨ ਵੇਖਣ ਵਾਲਿਆਂ ਨੂੰ ਅਕਾਥ ਥਕਾ ਦਿੰਦੇ ਹਨ ਜਿਵੇਂ ਤਮਾਸ਼ਾ ਵੇਖ ਕੇ ਤਮਾਸ਼ੇ ਵਿੱਚ ਦਿਲਚਸਪੀ ਮੁੱਕ ਜਾਂਦੀ ਹੈ ਉਮੀਨਾਂ ਨਾਲ ਪਰਦੇ ਜੇ ਕੁਝ ਚਿਰਨਾਂ ਦੀ ਚਰਚਾ ਨਾ ਹੋਵੇ ਤਾਂ ਇਹ ਆਪਣੇ ਆਪ ਨੂੰ ਰੱਦ ਹੋਣ ਦੀ ਭਾਵਨਾ ਤੋਂ ਭਜੇ ਤੈੰਦੀ ਕਲਾ ਦਾ ਸ਼ਿਕਾਰ ਹੋ ਜਾਂਦੇ ਹਨ ਇਹ ਇੱਕ ਮਾਨਸਿਕ ਰੋਗ ਹੁੰਦਾ ਹੈ ਧੰਨਵਾਦ ਚਾਲ ਜਦੋਂ ਕੋਈ ਵਿਅਕਤੀ ਤੁਹਾਨੂੰ ਮਿਲਣ ਆਉਂਦਾ ਹੈ ਤਾਂ ਵਾਪਸ ਜਾਣ ਸਮੇਂ ਉਹਦੀ ਚਾਲ ਦੱਸੇਗੀ ਕਿ ਤੁਸੀਂ ਉਸ ਨਾਲ ਚੰਗਾ ਵਿਹਾਰ ਕੀਤਾ ਹੈ ਕਿ ਨਹੀਂ ਉਹ ਪ੍ਰਸੰਨ ਹੋ ਕੇ ਜਾ ਰਿਹਾ ਹੈ ਕਿ ਨਹੀਂ ਜੇ ਉਹ ਪ੍ਰਸੰਨ ਹੋ ਕੇ ਜਾ ਰਿਹਾ ਹੈ ਤਾਂ ਉਹਦੀ ਚਾਲ ਵਿੱਚ ਸਰੀਰ ਤਾਲਮੇਲ ਪ੍ਰਗਟਾਏਗਾ ਚਾਲ ਦੱਸੇਗੀ ਕਿ ਉਹ ਪ੍ਰਸੰਨ ਹੈ ਉਹਦੀ ਚਾਲ ਚੁਸਤ ਹੋਏਗੀ ਇਸਤਰੀਆਂ ਗੇਟ ਕੋਲ ਪਹੁੰਚ ਕੇ ਕੁਝ ਹੋਰ ਗੱਲਾਂ ਕਰਨਗੀਆਂ ਪੁਰਸ਼ ਫੇਰ ਮਿਲਣ ਦਾ ਮਿਲਦੇ ਰਹਿਣ ਦਾ ਵਾਅਦਾ ਕਰਨਗੇ ਕਿਸੇ ਦੀ ਤਸल्ली ਨਾ ਹੋਣ ਤੇ ਉਸਤਿਆਸ ਪੂਰੀ ਨਾ ਹੋਣ ਤੇ ਉਸ ਦਾ ਕੁੱਬ ਨਿਕਲ ਆਉਂਦਾ ਹੈ ਉਹਦੀ ਚਾਲ ਵਿਗੜ ਜਾਂਦੀ ਹੈ ਧੰਨਵਾਦ ਨੋਬਲ ਪੁਰਸਕਾਰ ਅਮਰੀਕਾ ਵਿੱਚ ਵਿਲੀਅਮ ਫਾਕਨਰ ਨੂੰ ਕੰਮ ਵਾਲੀ ਥਾਂ ਤੇ ਕਿਤਾਬਾਂ ਪੜਨ ਕਾਰਨ ਅਮਰੀਕਾ ਦੇ ਪੋਸਟਮਾਸਟਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਕਵੈਨਰ ਦੀ ਸਾਹਿਤ ਵਿੱਚ ਦਿਲਚਸਪੀ ਨਿਰੰਤਰ ਬਣੀ ਰਹੀ ਜਿਸ ਕਾਰਨ ਉਸਨੇ ਮਗਰੋਂ ਸਾਹਿਤ ਦਾ ਨੋਬਲ ਪੁਰਸਕਾਰ ਪ੍ਰਾਪਤ ਕੀਤਾ ਸੀ ਤਨਵਾ ਅਜੂਕੇ ਸਮਾਂ ਅਜੂਕੇ ਸਮਿਆਂ ਵਿੱਚ ਕੇਵਲ ਲੇਖਕ ਹੋਣਾ ਹੀ ਕਾਫੀ ਨਹੀਂ ਹੁੰਦਾ ਫਿਲਾਸਫਰ ਹੋਣਾ ਮਨੋਵਿਗਿਆਨੀ ਆਦ ਬਹੁਤ ਕੁਝ ਹੋਰ ਹੋਣਾ ਵੀ ਜ਼ਰੂਰੀ ਹੁੰਦਾ ਫ੍ਰਾਂਸੀਸੀ ਸਾਹਿਤ ਵਿੱਚ ਹਰੇਕ ਕਵੀ ਕਵੀ ਵੀ ਹੁੰਦਾ ਹੈ ਫਿਲਾਸਫਰ ਤੇ ਕਲਾਕਾਰ ਵੀ ਹੁੰਦਾ ਹੈ ਅਮਰੀਕਾ ਵਿੱਚ ਹਰੇਕ ਨਾਵਲਕਾਰ ਨਾਵਲਕਾਰ ਵੀ ਹੁੰਦਾ ਹੈ ਤੇ ਮਨੋਵਿਗਿਆਨੀ ਤੇ ਮਨੋ ਵਿਸ਼ਲੇਸ਼ਕ ਵੀ ਹੁੰਦਾ ਹੈ ਭਾਰਤ ਵਿੱਚ ਹਰੇਕ ਨਾਵਲਕਾਰ ਨੂੰ ਸਮਾਜ ਸ਼ਾਸਤਰੀ ਤੇ ਇਤਿਹਾਸਕਾਰ ਵੀ ਹੋਣਾ ਪੈਂਦਾ ਹੈ ਕਾਰਨ ਇਹ ਹੈ ਕਿ ਇਹ ਕਹਿਰੀਆਂ ਸੋਚਾਂ ਵਾਲੇ ਇੱਕ ਦਿਸ਼ਾਈ ਗਿਆਨ ਤੇ ਅਨੁਭਵ ਵਾਲੀਆਂ ਰਚਨਾਵਾਂ ਦਾ ਯੁੱਗ ਲੰਗੇ ਗਿਆ ਹੈ ਕਨਵਰਤ ਪ੍ਰਯੋਗਾਂ ਦੀ ਧਰਤੀ ਅਮਰੀਕਾ ਦੇ ਵਿਕਾਸ ਸ਼ਕਤੀ ਤੇ ਅਮੀਰੀ ਦਾ ਕਾਰਨ ਨਵੇਂ ਧੰਦਿਆਂ ਨਵੀਆਂ ਕੱਡਾਂ ਦਾ ਉਪਜਣਾ ਹੈ ਇਥੇ ਭਾਂਤ ਭਾਂਦੀਆਂ ਨਸਲਾਂ ਦਾ ਖੂਨ ਰਲਿਆ ਹੋਇਆ ਹੈ ਇਥੇ ਭਾਂਤ ਭਾਂਦੀ ਦੇਸ਼ਾਂ ਦੇ ਪੁਰਸ਼ਾਂ ਨੇ ਭਾਂਤ ਭਾਂਦੀਆਂ ਇਸਤਰੀਆਂ ਨਾਲ ਵਿਆਹ ਕੀਤੇ ਹੋਏ ਹਨ ਤੇ ਪਰਿਵਾਰ ਉਸਾਰੇ ਹੋਏ ਹਨ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਅਮਰੀਕਾ ਪ੍ਰਯੋਗਾਂ ਦੀ ਧਰਤੀ ਹੈ ਨਵੇਂ ਅਨੁਭਵਾਂ ਦਾ ਦੇਸ਼ ਹੈ ਇੱਥੇ ਕੁਝ ਨਵਾਂ ਕਰਨ ਤੇ ਕੁਝ ਵੱਖਰਾ ਤੇ ਨਵੇਕਲਾ ਵਾਪਰਨ ਦੀਆਂ ਸਹੂਲਤਾਂ ਹਨ ਇੱਥੇ ਨਵੇਂ ਦਾ ਸਵਾਗਤ ਕੀਤਾ ਜਾਂਦਾ ਹੈ ਧੰਨਵਾਦ ਕਰੜੀ ਸਿਖਲਾਈ ਸਮੁੰਦਰ ਕਿਨਾਰੇ ਰਹਿਣ ਵਾਲੇ ਲੋਕ ਮੂਰਖ ਨਹੀਂ ਹੋ ਸਕਦੇ ਕਿਉਂਕਿ ਸਮੁੰਦਰ ਨੇ ਉਹਨਾਂ ਨੂੰ ਬੜੀ ਕਰੜੀ ਸਿੱਖਲਾਈ ਦਿੱਤੀ ਹੋਈ ਹੁੰਦੀ ਹੈ ਇਹ ਲੋਕ ਆਰਥਿਕ ਪੱਖੋਂ ਭਾਵੇਂ ਅਮੀਰ ਨਾ ਹੋਣ ਪਰ ਜ਼ਿੰਦਗੀ ਦੇ ਡੂੰਘੇ ਤੇ ਵਿਸ਼ਾਲ ਅਨੁਭਵਾਂ ਪੱਖੋਂ ਇਹ ਮਾਲਾ-ਮਾਲ ਹੁੰਦੇ ਹਨ ਧੰਨਵਾਦ ਸੰਜਮ ਯੂਨਾਨੀਆਂ ਨੇ ਸਦੀਆਂ ਦੀਆਂ ਸੋਚਾਂ ਉਪਰੰਤ ਵਿਹਾਰ ਤੇ ਨੈਤਿਕਤਾ ਦੇ ਮਿਆਰ ਸਥਾਪਿਤ ਕੀਤੇ ਸਨ ਯੂਨਾਨੀ ਸੰਜਮੀ ਸਨ ਉਹ ਅਤਨੂ ਪਸੰਦ ਨਹੀਂ ਕਰਨਦੇ ਉਹਨਾਂ ਸੁੰਦਰਤਾ ਵਿੱਚ ਨਾ ਭਾਵਤਾ ਵਿੱਚ ਨਾ ਤਰਕ ਵਿੱਚ ਨਾ ਧਰਮ ਵਿੱਚ ਉਹ ਲਾਰ ਸਨ ਸੰਤੁਲਨ ਤੇ ਸੰਜਮ ਉਹਨਾਂ ਦੇ ਗੁਣ ਸਨ ਜਿਸ ਕਾਰਨ ਸਭ ਕੁਝ ਉਹਨਾਂ ਦੇ ਅਨੁਭਵ ਵਿੱਚ ਆ ਜਾਂਦਾ ਸੀ ਇਸੇ ਕਾਰਨ ਉਹ ਜ਼ਿੰਦਗੀ ਦੀ ਹਰ ਇੱਕ ਸਮੱਸਿਆ ਤੇ ਖੇਤਰ ਬਾਰੇ ਸੋਚਣ ਦੀ ਯੋਗ ਹੋਏ ਉਹਨਾਂ ਨੇ ਪਰਿਭਾਸ਼ਾਵਾਂ ਸਿਰਜੀਆਂ ਜਿਹੜੀਆਂ ਗਿਆਨ ਦੇ ਨਵੇਂ ਖੇਤਰਾਂ ਦੀ ਬੁਨਿਆਦ ਬਣੀਆਂ ਰੋਮਨ ਸਭਿਅਤਾ ਵਿੱਚ ਸ਼ਾਹਾਨਾਪਨ ਸੀ ਪਰ ਯੂਨਾਨੀ ਸਭਿਅਤਾ ਵਿੱਚ ਸੰਜਮ ਸੀ ਜਦੋਂ ਕਿਸੇ ਵਿਸ਼ੇ ਬਾਰੇ ਗਿਆਨ ਪ੍ਰਾਪਤ ਕਰਨ ਦਾ ਯਤਨ ਕਰੋਗੇ ਉਸ ਵਿਸ਼ੇ ਦੀਆਂ ਜੜ੍ਹਾਂ ਚਲਦੀਆਂ ਚਲਦੀਆਂ ਯੂਨਾਨੀ ਸਭਿਅਤਾ ਵਿੱਚ ਪਹੁੰਚ ਜਾਣਗੀਆਂ ਜਦੋਂ ਪ੍ਰਬੰਧ ਦਾ ਕੋਈ ਮਸਲਾ ਵਿਚਾਰੋਗੇ ਤਾਂ ਆਪ ਮੁਹਾਰੇ ਰੋਮ ਨਾਲ ਜੁੜ ਚਾਹੀਏਗੀ ਧੰਨਵਾਦ ਸੁਰੱਖਿਆ ਸੁਰੱਖਿਆ ਦੀ ਭਾਵਨਾ ਚੰਗੀ ਹੈ ਪਰ ਜਦੋਂ ਤੱਕ ਅਸੁਰੱਖਿਆ ਦੀ ਭਾਵਨਾ ਨਾ ਹੋਵੇ ਕੋਈ ਵਿਅਕਤੀ ਕੋਈ ਯਤਨ ਉਪਰਾਲਾ ਜਾਂ ਪ੍ਰਾਪਤੀ ਨਹੀਂ ਕਰਦਾ ਜਿਨ੍ਹਾਂ ਨੌਕਰੀਆਂ ਵਿੱਚ ਪੂਰਨ ਪੰਤ ਸੁਰੱਖਿਆ ਹੁੰਦੀ ਹੈ ਉੱਥੇ ਕਰਮਚਾਰੀ ਕਮਚੋਰ ਸੁਸਤ ਗੈਰ ਹਾਜ਼ਰ ਤੇ ਬਹਾਨੇ ਬਾਸ ਹੋ ਜਾਂਦੇ ਹਨ ਤੇ ਇਹਨਾਂ ਕਾਰਨਾਂ ਕਰਕੇ ਉਹਨਾਂ ਵਿੱਚ ਵਿਕਾਸ ਨਹੀਂ ਵਾਪਰਦਾ ਧੰਨਵਾਦ ਖੁਸ਼ਹਾਲ ਲੋਕ ਮਾਰਵਾੜੀ ਬੜੀ ਅਮੀਰ ਤੇ ਖੁਸ਼ਹਾਲ ਕੌਮ ਹਨ ਪਰ ਇਹ ਸਭ ਕੁਝ ਰਾਤ ਤੋਂ ਰਾਤ ਨਹੀਂ ਵਾਪਰਿਆ ਤਿੰਨ ਸਦੀਆਂ ਲੱਗੀਆਂ ਪਹਿਲਾਂ ਮਾਰਵਾੜੀ ਵੀ ਕਿਸਾਨ ਸਨ ਕਿਸਾਨਾਂ ਤੋਂ ਦੁਕਾਨਦਾਰ ਬਣੇ ਦੁਕਾਨਦਾਰਾਂ ਤੋਂ ਵਪਾਰੀ ਬਣੇ ਸ਼ਹਿਰਾਂ ਵਿੱਚ ਗਏ ਜਾਂ ਜਿੱਥੇ ਰਹਿੰਦੇ ਸੀ ਉਹਨਾਂ ਥਾਵਾਂ ਦਾ ਸ਼ਹਿਰੀਕਰਨ ਕਰ ਲਿਆ ਵਪਾਰੀਆਂ ਤੋਂ ਉਦਯੋਗਪਤੀ ਬਣੇ ਅਨੁਮਾਨ ਲਾਉਣਾ ਔਖਾ ਨਹੀਂ ਕਿ ਪੰਜਾਬ ਦੇ ਕਿਸਾਨਾਂ ਦੀ ਮੰਜ਼ਿਲ ਕਿੰਨੀ ਦੂਰ ਹੈ ਧੰਨਵਾਦ